अनोखे तजर्बे अनोखी ही शायरी मैं डायरी च लिख ली है शायरी को गहरी उड़ीका तरीका मैं वेरा सुनहरी के चेहरे बथेरे मैं जेरे भी परखे बथेरे चलाए मैं अकलां दे चरखे बथेरे जो मेरे ने शब्दा ते हरके ते परके मैं वरके जी भज्या नहीं डरके जिन्ने चंगे लिखण वाले आ सारे रल के सारयां दा काम इक शायरी दा माहौल बने जिवें गायकां दा बन रिहा ना माहौल इवें शायरी दा भी बने झज्जे दे अदक ते लल्ले दे लावां ते झल्ले दे पल्ले तां पईआं दुआवां दुआवां दा दित्ता कदे भी नहीं थुड़दा मैनूं पता है मैं खाली नहीं मुड़दा मैनूं पता है मैं खाली नहीं मुड़दा सागर चों गागर भरनी है सागर आ थोड़े कोले आपां गागर भरने ओही लिखदा जो कुछ मन नूं पौंदा है मैनूं भी उंज सब कुछ लिखणा आउंदा है अज इत्थे कोई परवाह नहीं मैनूं दुनिया दी अज इत्थे मेरा बापू सिर ते जांदा है एक पासे दिमाग ने कम करना एक पासे दिल ने कम करना जिथे दिल कम करदा उथे दिमाग ही नहीं कम कर दिल तो दिमाग तक दी सानूं रोज वाट मारदी खुल के कदे नहीं कह सके इही तां घाट मारदी मेरे ते कमली इस तरह यकीन करनों हट गई कि रोज मेरी चैट दे स्क्रीनशॉट एक बंदा कहिंदा भाई मैनूं ब्लड कैंसर है मैं थोड़े टाइम दा ही मेहमान हाँ तो कहिंदा पर जिन्ना टाइम हैगा तैनूं जरूर सुनना तेरी सोच भी यह निराली है जिहड़ी जहन च बैठा पाली है तू रमते रमते तुरिया जा एडी भी काहदी काहली है ओ बई तुहाडे काम च भी दम होना चाहिए लोग सुनणगे तुहाडे काम च भी दम होवे अजे ते लाउणियां ठिब्बियां किन्नियां लोकां ने जिन्हां नूं मेरा एक भी शेर डराउंदा है ਕਿ ਅਜੇ ਤੇ ਕੱਢਣਾ ਵਹਿਮ ਹੈ ਕਿੰਨਿਆਂ ਲੋਕਾਂ ਦਾ ਸਮਝਦੇ ਨੇ ਜੋ ਕੇਵਲ ਮਨ ਪਰਚਾਉਂਦਾ ਹੈ ਅਜੇ ਤੇ ਕੇਵਲ ਉੜਦੀਆਂ ਧੂੜਾਂ ਹੀ ਦਿਸੀਆਂ ਨੇ ਅਜੇ ਤੇ ਵੇਖ ਪਿੱਛੇ ਲਸ਼ਕਰ ਆਉਂਦਾ ਹੈ ਤੇ ਹੁਣ ਤੇ ਬੂਹੇ ਭੇੜ ਕੇ ਟੱਕਿਆ ਜਾਣਾ ਨਹੀਂ ਅੱਜ ਕੱਲ੍ਹ ਔਲਖ ਸੁਪਨਿਆਂ ਵਿੱਚ ਵੀ ਆਉਂਦਾ ਹੈ ਅੱਜ ਅਸੀਂ ਔਲਖ ਪਿੰਡ ਪਹੁੰਚੇ ਹਾਂ ਵਰਿੰਦਰ ਔਲਖ ਕੋਲੇ ਵੀਰ ਸਾਡੇ ਨਾਲ ਹੈ ਬਾਹਲੀ ਇੰਟਰੋਡਕਸ਼ਨ ਤਾਂ ਮੈਨੂੰ ਦੇਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਛੰਦਾਂ ਤੋਂ ਮਸ਼ਹੂਰ ਹੈ ਬੜੇ ਲੋਕਾਂ ਨੂੰ ਇਹ ਲੱਗਦਾ ਕਿ ਸਿਰਫ ਛੰਦ ਹੀ ਲਿਖਦਾ ਪਰ ਬਾਈ ਕਵਿਤਾਵਾਂ ਬਹੁਤ ਸੋਹਣੀਆਂ ਲਿਖਦਾ ਉਹਨਾਂ ਕਵਿਤਾਵਾਂ 'ਤੇ ਗੱਲਬਾਤ ਕਰਾਂਗੇ ਹੋਰ ਰੌਚਕ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਕਵੀ ਕੋਲ ਬੜਾ ਕੁਝ ਹੁੰਦਾ ਜਿਵੇਂ ਕਹਿੰਦੇ ਆ ਕਿ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਸੂਰਜ ਜਿੱਥੇ ਨਹੀਂ ਪਹੁੰਚਦਾ ਕਵੀ ਦੀ ਕਵਿਤਾ ਉੱਥੇ ਵੀ ਪਹੁੰਚ ਜਾਂਦੀ ਹੈ ਤਾਂ ਕਵੀ ਨਾਲ ਗੱਲਬਾਤ ਕਰਦੇ ਹਾਂ ਵਰਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਸਵਾਗਤ ਧੰਨਵਾਦ ਤੁਹਾਡਾ ਇੱਥੇ ਪਹੁੰਚ ਆਪਾਂ ਖੁੱਲੀ ਬਾਤ ਗੱਲਬਾਤ ਹੀ ਰੱਖਣੀ ਹੈ ਕੋਈ ਇੰਟਰਵਿਊ ਨਹੀਂ ਕਿਉਂਕਿ ਆਪਾਂ ਵਿੱਚ ਗੱਲਾਂ ਬਾਤਾਂ ਕਹਾਣੀਆਂ ਤੁਹਾਡੇ ਕੋਲ ਬੜਾ ਖਜ਼ਾਨਾ ਅਸੀਂ ਅੱਜ ਉਹ ਲੁੱਟਣ ਆਏ ਹਾਂ ਅਤੇ ਅਸੀਂ ਅੱਜ ਲੁੱਟ ਕੇ ਲੈ ਜਾਣਾ ਬਹੁਤ ਸ਼ੁਕਰੀਆ ਅਸੀਂ ਜੇ ਅਸੀਂ ਤੁਹਾਨੂੰ ਕਹੀਏ ਕਿ ਆਪਣੇ ਬਾਰੇ ਦੱਸੋ ਤਾਂ ਆਪ ਕੁਛ ਹੋ ਚੁੱਕਿਆ ਹੈ ਆਪਾਂ ਗੱਲਾਂ ਬਾਤਾਂ ਸ਼ੁਰੂ ਆਪਾਂ ਮਤਲਬ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕਿਸ ਚੀਜ਼ ਤੋਂ ਸ਼ੁਰੂ ਕਰਨੀ ਚਾਹੁੰਦੇ ਸਾਨੂੰ ਮੈਂ ਕਵਿਤਾ ਨਾਲ ਹੀ ਸ਼ੁਰੂ ਕਿਉਂਕਿ ਲਿਖਦਾ ਕਵਿਤਾ ਤੇ ਕਵਿਤਾ ਨਾਲ ਹੀ ਸ਼ੁਰੂ ਕਰੋ ਠੀਕ ਮੈਂ ਲਿਖਿਆ ਸੀਗਾ ਕਿ ਤੇਰੀ ਸੋਚ ਵੀ ਇਹ ਨਿਰਾਲੀ ਏ ਜਿਹੜੀ ਜ਼ਹਿਨ 'ਚ ਬੈਠਾ ਪਾਲੀ ਏ ਤੇਰੀ ਸੋਚ ਵੀ ਇਹ ਨਿਰਾਲੀ ਏ ਤੇਰੀ ਸੋਚ ਵੀ ਇਹ ਨਿਰਾਲੀ ਏ ਜਿਹੜੀ ਜ਼ਹਿਨ 'ਚ ਬੈਠਾ ਪਾਲੀ ਏ ਤੂੰ ਰਮਤੇ ਰਮਤੇ ਤੁਰਿਆ ਜਾ ਐਡੀ ਵੀ ਕਾਹਦੀ ਕਾਹਲੀ ਏ ਵਾਹ ਜੀ ਵਾਹ ਤੂੰ ਰਮਤੇ ਰਮਤੇ ਤੁਰਿਆ ਜਾ ਐਡੀ ਵੀ ਕਾਹਦੀ ਕਾਹਲੀ ਏ ਰੱਜ ਰੱਜ ਕੇ ਜੋਤੇ ਰੂਹਾਂ ਨੂੰ ਜਿਹੜਾ ਹਿਜਰ ਵਿਛੋੜਾ ਹਾਲੀ ਏ ਤੇਰੀ ਹਾਲਤ ਖੂਬ ਬਿਆਨ ਕਰੇ ਜਿਹੜੀ ਅੱਖਾਂ ਦੇ ਵਿੱਚ ਲਾਲੀ ਏ ਕਿ ਤੈਥੋਂ ਕਿਸੇ ਨੇ ਲੈ ਜਾਣਾ ਕਿ ਤੈਥੋਂ ਕਿਸੇ ਨੇ ਲੈ ਜਾਣਾ ਤੂੰ ਦੋਵੇਂ ਹੱਥੀਂ ਖਾਲੀ ਏ ਖੁਦ ਦਿੰਦਾ ਏ ਖੁਦ ਲੈ ਜਾਂਦਾ ਖੁਦ ਬੂਟਾ ਏ ਖੁਦ ਮਾਲੀ ਏ ਤੂੰ ਮੌਲਾ ਬਣ ਕੇ ਤੁਰਿਆ ਜਾ ਤੂੰ ਮੌਲਾ ਬਣ ਕੇ ਤੁਰਿਆ ਜਾ ਉਹਦਾ ਹਾਲ ਤੇ ਉਹਦੀ ਪੰਜਾਲੀ ਏ ਉਸਤਾਦਾਂ ਆਪੇ ਹੀ ਦੱਸ ਦੇਣਾ ਕਿ ਅਸਲੀ ਏ ਕਿ ਜਾਲੀ ਏ ਤੂੰ ਵੇਖ ਕੇ ਕਿਤਨਾ ਉੱਡ ਸਕਦਾ ਸਮਾਨ ਤੇ ਸਾਰੀ ਖਾਲੀ ਏ ਤੂੰ ਵੇਖ ਕੇ ਕਿਤਨਾ ਉੱਡ ਸਕਦਾ ਸਮਾਨ ਤੇ ਸਾਰੀ ਖਾਲੀ ਏ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਆਪਣੇ ਤੇ ਆ ਵੀ ਆਪਾਂ ਕਿੰਨੀਆਂ ਗੱਲਾਂ ਕਦੇ ਨਹੀਂ ਮੁੱਕਦੀਆਂ ਹੁੰਦੀਆਂ ਗੱਲਾਂ ਬਹੁਤ ਹੁੰਦੀਆਂ ਤੇ ਇਹ ਤਾਂ ਹੈ ਨਹੀਂ ਵੀ ਆਪਾਂ ਜੱਕੜ ਮਾਰਨੇ ਆਪਾਂ ਆਪਾਂ ਜਿਹੜੀਆਂ ਸਹੀ ਗੱਲਾਂ ਹੈ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਆਪਾਂ ਸਾਗਰ ਚੋਂ ਗਾਗਰ ਭਰਨੀ ਹੈ ਠੀਕ ਹੈ ਸਾਗਰ ਆ ਤੁਹਾਡੇ ਕੋਲੇ ਆਪਾਂ ਗਾਗਰ ਭਰਨੀ ਮੈਂ ਵੀ ਸਾਗਰ ਚੋਂ ਹੀ ਗਾਗਰ ਭਰੀ ਆ ਤੇ ਉਹ ਗਾਗਰ ਨੂੰ ਤੁਸੀਂ ਸਾਗਰ ਸਮਝ ਰਹੇ ਹੋ ਤਾਂ ਉਹ ਤੁਹਾਡੀ ਤੁਹਾਡਾ ਵੀ ਵੱਡਾ ਪਣਾ ਬਾਈ ਤੁਸੀਂ ਵੀ ਬਹੁਤ ਵਧੀਆ ਵਿਚਰਦੇ ਹੋ ਬਹੁਤ ਚੰਗੀਆਂ ਚੀਜ਼ਾਂ ਕਰਦੇ ਹੋ ਤਾਂ ਮੈਂ ਵੇਖਦਾ ਰਹਿਣਾ ਅਕਸਰ ਹੀ ਬੜਾ ਕਿਉਂਕਿ ਆਪਾਂ ਪਹਿਲਾਂ ਵੀ ਆਪਾਂ ਮਿਲਦੇ ਬਿਲਕੁਲ ਬਿਲਕੁਲ ਆਪਣਾ ਇੱਕ ਆਪਣਾ ਹਲਕਾ ਇੱਕ ਆਪਣਾ ਇਲਾਕਾ ਇੱਕ ਇਹਦੇ ਕਰਕੇ ਅੱਛਾ ਵਰਿੰਦਰ ਭਾਈ ਇਹ ਹੋ ਗਈ ਹੋਰ ਮਤਲਬ ਇੱਕ ਆਪਾਂ ਤੁਸੀਂ ਛੰਦਾਂ ਕਰਕੇ ਮਸ਼ਹੂਰ ਆ ਪੋਲੀਟੀਕਲ ਛੰਦ ਤੁਸੀਂ ਸੁਣਾਇਆ ਇੱਕ ਤੁਹਾਡਾ ਕਿੱਤਿਆਂ ਵਾਲਾ ਛੰਦ ਆ ਆਪਾਂ ਉਹ ਤੋਂ ਹੁਣ ਜਿਹੜੀ ਅਗਲੀ ਚੀਜ਼ ਹੈ ਮੈਂ ਉਹ ਕਹੂੰਗਾ ਮਤਲਬ ਤੁਸੀਂ ਕਹਿੰਦੇ ਸ਼ੁਰੂ 'ਚ ਹੀ ਪੜਾਕੇ ਪਾ ਦਿੱਤੇ ਪੜਾਕੇ ਪਾ ਦਿੱਤੇ ਉਹ ਕਹਿੰਦੇ ਨਾ ਕਿ ਸ਼ੁਰੂ ਵਧੀਆ ਹੋ ਗਈ ਜੀ ਬਿਲਕੁਲ ਇਹ ਸ਼ੁਰੂਆਤ ਚੰਗੀ ਹੈ ਤਾਂ ਫਿਰ ਅੰਤ ਵੀ ਚੰਗਾ ਹੁੰਦਾ ਕਿ ਆਪੋ ਆਪਣੇ ਜੀ ਕਿੱਤੇ ਰੱਬ ਨੇ ਆ ਸਾਨੂੰ ਦਿੱਤੇ ਆਪੋ ਆਪਣੇ ਜੀ ਕਿੱਤੇ ਰੱਬ ਨੇ ਆ ਸਾਨੂੰ ਦਿੱਤੇ ਰਹਿਣਾ ਪੈਂਦਾ ਰੱਖੇ ਜਿੱਥੇ ਗੱਲਾਂ ਨੇ ਪੁਰਾਣੀਆਂ
ਪੈਂਦਾ ਮਿਹਨਤਾਂ ਦਾ ਮੁੱਲ ਤੂੰ ਤਾਂ ਲੈ ਕੇ ਪਿਆ ਜੋਲਿੰਜ ਮੰਜ਼ਲਾਂ ਉਹ ਕੁੱਲ ਜਿੱਤੀਆਂ ਨਹੀਂ ਜਾਣੀਆਂ ਕਿ ਪਹਿਲਾਂ ਸਭ ਤੋਂ ਕਿਸਾਨ ਖੇਤੀ ਜਾਣ ਅਤੇ ਉਗਾਉਣ ਲੋਕ ਅੰਨ ਜਿਹੜਾ ਖਾਣ ਭਾਵੇਂ ਔਖਾ ਸੌਖਾ ਸਾਰਦੇ ਇੱਕ ਉੱਤੋਂ ਸਰਕਾਰ ਨੇ ਤਪਾਈ ਜਾਂਦੀ ਭਾਰ ਭਰ ਮੰਨਦੇ ਨਹੀਂ ਹਾਰੇਗੀ ਛੇਤੀ ਨਹੀਂ ਉਹ ਹਾਰਦੇ ਕਿ ਰਹਿੰਦੇ ਭਾਲ ਦੇ ਨਿਊਜ਼ ਬਸ ਲਾਈਕ ਅਤੇ ਵਿਊਜ਼ ਸੂਝ ਬੂਝ ਨਾਲ ਹੀ ਯੂਜ਼ ਕਰਦੇ ਵਿਚਾਰ ਜੀ ਕਈ ਰੱਖਦੇ ਜੋ ਦਮ ਚੰਗਾ ਕਰਦੇ ਆ ਕੰਮ ਚੌਥਾ ਦੇਸ਼ ਦਾ ਇਹ ਥੰਮ ਇਹ ਪੱਤਰਕਾਰ ਕਿ ਟੀਚਰਾਂ ਨੂੰ ਛੁੱਟੀ ਦਾ ਮਨੀਮ ਨੂੰ ਜੋ ਗੁੱਟੀ ਦਾ ਲਿਖਾਈ ਟੁੱਟੀ ਫੁੱਟੀ ਦਾ ਜੀ ਡਾਕਟਰਾਂ ਨੂੰ ਵੱਲ ਲੱਕ ਚੱਕਦੇ ਉਦਾਸੀਆਂ ਅਤੇ ਵੰਡਦੇ ਆ ਹਾਸੀਆਂ ਜੀ ਭੰਡਾਂ ਅਤੇ ਮਰਾਸੀਆਂ ਨੂੰ ਆਉਂਦੀ ਬਲੀ ਬੜੀ ਗੱਲ ਆ ਕਿ ਆਰੀ ਅਤੇ ਸਿਰੰਦੇ ਦੀ ਤਰਖਾਣਾ ਦੇ ਜੀ ਧੰਦੇ ਦੀ ਪਛਾਣ ਹੁੰਦੀ ਬੰਦੇ ਦੀ ਸਦਾ ਹੀ ਉਹਦੀ ਪੱਗ ਨਾ ਹੱਥ ਜੀ ਲੁਹਾਰ ਦੇ ਔਜ਼ਾਰ ਨੂੰ ਸਵਾਰ ਦੇ ਅਤੇ ਲੋਹੇ ਨੂੰ ਪਘਾਰ ਦੇ ਹੁੰਦੇ ਯਾਰੋ ਅੱਗ ਨਾ ਕਿ ਸ਼ਾਮ ਜਾਮਦੇ ਹੀ ਨਾਮ ਬੜੇ ਹੋਏ ਬਦਨਾਮ ਉਸ ਮਹਿਕਮੇ ਦਾ ਨਾਮ ਹੈ ਪੁਲਿਸ ਵਾਲੇ ਜੀ ਭਾਵੇਂ ਫੇਰਦੇ ਆ ਸੋਟੀ ਅਤੇ ਕਮਾਈ ਵੀ ਆ ਮੋਟੀ 24 ਘੰਟੇ ਆ ਡਿਊਟੀ ਟੈਨਸ਼ਨਾਂ ਨੇ ਖਾ ਲਏ ਜੀ ਕਿ ਕਰਿਆਨੇ ਦੀ ਦੁਕਾਨ ਪੈਂਦਾ ਰੱਖਣਾ ਧਿਆਨ ਪੂਰਾ ਹੁੰਦਾ ਨਹੀਂ ਸਮਾਨ ਅਤੇ ਉਧਾਰ ਮਾਰ ਜੇ ਮਹਿੰਗਾ ਹੋਈ ਜਾਵੇ ਥੋਕ ਯਾਰੋ ਬਿਨਾਂ ਰੋਕ ਟੋਕ ਉੱਤੋਂ ਟੈਕਸ ਜੇ ਠੋਕ ਸਰਕਾਰ ਮਾਰ ਜੇ ਕਿ ਹੁੰਦੀ ਪੂਰੀ ਸਰਦਾਰੀ ਜਿਹਦੀ ਜੋਬ ਸਰਕਾਰੀ ਪਟਵਾਰੀ ਅਤੇ ਲਿਖਾਰੀ ਦੋਵੇਂ ਕਲਮਾਂ ਨਾ ਮਾਰ ਦੇ ਬੰਦਾ ਹੁੰਦਾ ਹੈ ਜਲੀਲ ਜੀ ਕਚਹਿਰੀਆਂ 'ਚ ਡੀਲ ਕਾਲੇ ਕੋਰਟ 'ਚ ਵਕੀਲ ਵੱਡੇ ਵੱਡਿਆਂ ਨੂੰ ਚਾਰਦੇ ਕਿ ਢਾਬਿਆਂ 'ਤੇ ਸੌਣਾ ਨਹਾਉਣਾ ਨਾਲੇ ਗੱਡੀਆਂ ਚਲਾਉਣਾ ਯਾਰ ਲਿਖਣਾ ਮੈਂ ਚਾਹੁੰਦਾ ਹਾਂ ਡਰਾਈਵਰਾਂ ਦੀ ਅੱਖ 'ਤੇ ਕਿੰਨੇ ਕੂਣੀ ਮੋੜ ਮੋੜੇ ਯਾਰੋ ਕਹਿੰਦੇ ਟੈਰਾਂ ਦੇ ਕੇ ਜੋੜੇ ਵੀ ਘਸਾ ਕੇ ਇਹਨਾਂ ਰੱਖ 'ਤੇ ਪੈਂਦੇ ਸ਼ਬਦ ਵੀ ਥੋੜ੍ਹੇ ਕਿੰਨੇ ਕੂਣੀ ਮੋੜ ਮੋੜੇ ਯਾਰੋ ਟੈਰਾਂ ਦੇ ਕੇ ਜੋੜੇ ਵੀ ਘਸਾ ਕੇ ਇਹਨਾਂ ਰੱਖ 'ਤੇ ਕਿ ਕੜਛੀ ਕੜਾਈ ਛਾਬੇ ਕੜਛੀ ਕੜਾਈ ਛਾਬੇ 'ਤੇ ਚਲਾਉਂਦੇ ਆ ਕਿ ਢਾਬੇ ਕਈ ਡੇਰਿਆਂ 'ਚ ਬਾਬੇ ਕਾਰੋਬਾਰ ਕਰੀ ਜਾਂਦੇ ਆ ਕਿ ਬਜਾਜੀ ਦੀ ਦੁਕਾਨ ਪੈਂਦਾ ਰੱਖਣਾ ਧਿਆਨ ਪੂਰਾ ਹੁੰਦਾ ਕਹਿੰਦਾ ਬਜਾਜੀ ਦੀ ਦੁਕਾਨ ਰਹਿੰਦੇ ਖਿਲਰੇ ਆ ਥਾਣ ਬਦਲੀ ਟਰੈਂਡ ਜਾਣ ਇਸੇ ਗੱਲੋਂ ਡਰੀ ਜਾਂਦੇ ਆ ਕੜਛੀ ਕੜਾਈ ਛਾਬੇ 'ਤੇ ਚਲਾਉਂਦੇ ਆ ਕਿ ਢਾਬੇ ਕਈ ਡੇਰਿਆਂ 'ਚ ਬਾਬੇ ਕਾਰੋਬਾਰ ਕਰੀ ਜਾਂਦੇ ਆ ਕਿ ਬਜਾਜੀ ਦੀ ਦੁਕਾਨ ਰਹਿੰਦੇ ਖਿਲਰੇ ਆ ਥਾਣ ਬਦਲੀ ਟਰੈਂਡ ਜਾਣ ਇਸੇ ਗੱਲੋਂ ਡਰੀ ਜਾਂਦੇ ਆ ਸੁਨਿਆਰ ਘੁਮਿਆਰ ਠਠਿਆਰ ਅਤੇ ਲੁਹਾਰ ਚਾਰੇ ਕਿੱਤੇ ਇਹ ਯਾਰ ਸਾਡੇ ਵਿਰਸੇ ਨਾਲ ਜੁੜੇ ਆ ਪਹਿਲਾਂ ਵਾਲੀ ਗੱਲ ਕਿੱਥੇ ਰਹਿ ਗਈ ਅੱਜ ਕੱਲ੍ਹ ਹੈ ਨਹੀਂ ਘਰ ਘਰ ਮੱਲ ਲੰਘੇ ਵੇਲੇ ਕਿੱਥੇ ਮੁੜੇ ਆ ਕਿ ਬਾਈ ਆਤਮੇ ਨਾਲ ਯਾਰੀ ਕਰੇ ਘਰਾਂ ਦੀ ਉਹ ਸਾਰੀ ਗੱਲ ਕਰਦੇ ਕਰਾਰੀ ਜਿਹੜੀ ਮਾੜੀ ਲੱਗੇ ਨਾ ਕਿ ਫਿਕਰਾਂ 'ਚ ਚਿੱਟੀ ਦਾੜੀ ਜਿਹੜੇ ਕਰਦੇ ਦਿਹਾੜੀ ਲੱਗੇ ਕਿਸਮਤ ਮਾੜੀ ਜੇ ਦਿਹਾੜੀ ਲੱਗੇ ਨਾ ਲੱਗੇ ਕਿਸਮਤ ਮਾੜੀ ਜੇ ਦਿਹਾੜੀ ਲੱਗੇ ਨਾ ਕਿ ਹੋਏ ਵਤਨਾਂ ਤੋਂ ਦੂਰ ਹੋਏ ਵਤਨਾਂ ਤੋਂ ਦੂਰ ਦੇਸ਼ ਭੁੱਲੇ ਨਾ ਜ਼ਰੂਰ ਹਜ਼ੂਰ ਹੋਏ ਵਤਨਾਂ ਤੋਂ ਦੂਰ ਦੇਸ਼ ਭੁੱਲੇ ਨਾ ਹਜ਼ੂਰ ਥੱਕ ਟੁੱਟ ਚੂਰ ਚੂਰ ਬਣ ਗਏ ਮਸ਼ੀਨ ਜੀ ਕਿ ਪਈਆਂ ਮੋਟਰਾਂ ਕਮਾਦ ਇਸ ਪਾਣੀ ਦਾ ਸਵਾਦ ਫਿਰ ਆਉਂਦੀ ਹੈ ਯਾਦ ਪਿੰਡ ਦੀ ਜ਼ਮੀਨ ਜੀ ਕਿ ਸੁਨਿਆਰ ਘੁਮਿਆਰ ਠਠਿਆਰ ਅਤੇ ਲੁਹਾਰ ਚਾਰੇ ਕਿੱਤੇ ਇਹ ਯਾਰ ਸਾਡੇ ਵਿਰਸੇ ਨਾਲ ਜੁੜੇ ਆ ਪਹਿਲਾਂ ਵਾਲੀ ਗੱਲ ਕਿੱਥੇ ਰਹਿ ਗਈ ਅੱਜ ਕੱਲ੍ਹ ਹੈ ਨਹੀਂ ਘਰ ਘਰ ਮੱਲ ਲੰਘੇ ਵੇਲੇ ਕਿੱਥੇ ਮੁੜੇ ਆ ਕਿ ਸਮਾਈਲ ਜੀ ਪਲੀਜ਼ ਇੱਕ ਵਾਰੀ ਆਖੋ ਚੀਜ਼ ਲਾਉਂਦੇ ਫੋਟੋ ਉੱਤੇ ਰੀਝ ਫੋਟੋ ਵਾਲੇ ਬਾਈ ਜੀ ਸਮਾਈਲ ਜੀ ਪਲੀਜ਼ ਇੱਕ ਵਾਰੀ ਆਖੋ ਚੀਜ਼ ਲਾਉਂਦੇ ਫੋਟੋ ਉੱਤੇ ਰੀਝ ਫੋਟੋ ਵਾਲੇ ਬਾਈ ਜੀ ਕਿ ਲਾਡੀ ਰਮਣੇ ਜੇ ਨੈਸ਼ ਕੱਲੀ ਮਾਰਦੇ ਫਲੈਸ਼ ਮੋਟੀ ਚੱਕਦੇ ਆ ਕੈਸ਼ ਕਰਦੇ ਕਮਾਈ ਜੀ ਕਿ ਲੀਡਰਾਂ ਦੇ ਲਾਰੇ ਕਈ ਜਿੱਤੇ ਕਈ ਹਾਰੇ ਲੀਡਰਾਂ ਦੇ ਲਾਰੇ ਕਈ ਜਿੱਤੇ ਕਈ ਹਾਰੇ ਸਰਕਾਰੇ ਦਰਬਾਰੇ ਫੁੱਲ ਹੁੰਦੀ ਸੁਣਵਾਈ ਜੀ ਕਈ ਪਾ ਗਏ ਆ ਚਵਾਰੇ ਕਈ ਉੱਜੜੇ ਵਿਚਾਰੇ ਕਈ ਮਾਰਦੇ ਰਹੇ ਨਾਰੇ ਕਈ ਕਰ ਗਏ ਚੜ੍ਹਾਈ ਜੀ ਪੜਾਕੂਆਂ ਦੇ ਐਨਕ ਜੀ ਸੰਦਾਂ ਨਾ ਮਕੈਨਕ 'ਚ ਮੈਂ ਪੜਾਕੂਆਂ ਦੇ ਐਨਕ ਅਤੇ ਸੰਦਾਂ ਨਾ ਮਕੈਨਕ ਜੀ ਬਾਰਡਰ ਅਤੇ ਸੈਨਿਕ ਬੰਦੂਕ ਨਾਲ ਜੱਚਦੇ ਕਿ ਜੰਗ ਵਿੱਚ ਜਾ ਕੇ ਲੜਦੇ ਆ ਹਿੱਕਾਂ ਡਾਹ ਕੇ ਅਤੇ ਸ਼ਹੀਦੀਆਂ ਕਈ ਪਾ ਕੇ ਇਤਿਹਾਸ ਨਵਾਂ ਰਚਦੇ ਅੱਗੇ ਸੀਗਾ ਕਿ ਮੋਚੀਆਂ ਦਾ ਕੰਮ ਅਤੇ ਸਿਉਂਦੇ ਨਿੱਤ ਚੰਮ ਰੱਬਾ ਦੇਵੀ ਨਾ ਕੋਈ ਗਮ ਝੋਲੀ ਖੁਸ਼ੀਆਂ ਨਾ ਭਰਦੇ ਮਿਹਰ ਕਰੀ ਇਨਸਾਨਾਂ 'ਤੇ ਤੂੰ ਉਹਨਾਂ ਵੀ ਜਵਾਨਾਂ 'ਤੇ ਜੋ ਲੱਗੇ ਆ ਦੁਕਾਨਾਂ 'ਤੇ ਬੜਾ ਹੀ ਕੁਝ ਜਰਦੇ ਕਿ ਵੱਖਰੇ ਤਰੀਕੇ ਦੀ ਜੀ ਰਣਨੀਤੀ ਪੀ ਕੇ ਦੀ ਵੱਖਰੇ ਤਰੀਕੇ ਦੀ ਜੀ ਰਣਨੀਤੀ ਪੀ ਕੇ ਦੀ ਅਤੇ ਨਰਸਾਂ ਦੇ ਟੀਕੇ ਦੀ ਮਾਸਾਂ ਨਾਲ ਲੱਗੇ ਪੀੜ ਜੀ ਕਮਾਈ ਵੀ ਇਹ ਲੋੜਿਆਂ ਦੀ ਇਕੱਲਿਆਂ ਅਤੇ ਜੋੜਿਆਂ ਦੀ ਕੁੱਤਿਆਂ ਅਤੇ ਘੋੜਿਆਂ ਦੀ ਵੇਚਦੇ ਬਰੀਡ ਜੀ ਕਫ ਕਲਰ ਕਤੀਰਾ ਚੀਰਾ ਦੇ ਕੇ ਕੱਟੇ ਤੀਰਾ ਔਖਾ ਕੰਮ ਹੁੰਦਾ ਵੀਰਾ ਸਦਾ ਤੁਰ ਪਾਈ ਦਾ ਨਾ ਫੂਕੀਏ ਐਨਰਜੀ ਨੂੰ ਰੁੱਝੇ ਹੋਏ ਦਰਜੀ ਨੂੰ ਅੱਕੇ ਹੋਏ ਸਰਜੀ ਨੂੰ ਨਹੀਂ ਬੁਲਾਈਦਾ ਨਾ ਫੂਕੀਏ ਐਨਰਜੀ ਨੂੰ ਰੁੱਝੇ ਹੋਏ ਦਰਜੀ ਨੂੰ ਅੱਕੇ ਹੋਏ ਸਰਜੀ ਨੂੰ ਨਹੀਂ ਬੁਲਾਈਦਾ ਅੱਗੇ ਸੀਗਾ ਕਿ ਇੱਕ ਪੱਟੀਏ ਨਾ ਰੁੱਖ ਦੂਜੀ ਹੁੰਦੀ ਕੀ ਹੈ ਭੁੱਖ ਫਿਰ ਪਤਾ ਲੱਗੇ ਦੁੱਖ ਜੇ ਹੰਢਾਇਆ ਹੋਵੇ ਆਪਨੇ ਬੜਾ ਕੁਝ ਜਰਿਆ ਜੀ ਜਿੱਤ ਜਿੱਤ ਹਰਿਆ ਅਤੇ ਮਾੜਾ ਨਹੀਂ ਉਹ ਕਰਿਆ ਕਿਸੇ ਦਾ ਮੇਰੇ ਬਾਪ ਨੇ ਕਿ ਦੱਸ ਜਾਵਾਂ ਜਾਣ ਲੱਗੇ ਤੁਹਾਨੂੰ ਚੰਗੀ ਸ਼ਾਇਦ ਲੱਗੇ ਆਪ ਲੰਘੀਏ ਨਾ ਅੱਗੇ ਜੀ ਕਿਸੇ ਨੂੰ ਪਿੱਛੇ ਰੋਕ ਕੇ ਕਿ ਵਰਿੰਦਰ ਦੇ ਛੰਦ ਸੁਣ ਆਊਗਾ ਆਨੰਦ ਪਾਈਏ ਸ਼ੌਂਕ ਦੇ ਜੀ ਤੰਦ ਗੱਲ ਕਰੀਏ ਜੀ ਠੋਕ ਕੇ ਕਿ ਇੱਕ ਪੱਟੀਏ ਨਾ ਰੁੱਖ ਦੂਜੀ ਹੁੰਦੀ ਕੀ ਹੈ ਭੁੱਖ ਫਿਰ ਪਤਾ ਲੱਗੇ ਦੁੱਖ ਜੇ ਹੰਢਾਇਆ ਹੋਵੇ ਆਪਨੇ ਕਿ ਬੜਾ ਕੁਝ ਜਰਿਆ ਜੀ ਜਿੱਤ ਜਿੱਤ ਹਰਿਆ ਅਤੇ ਮਾੜਾ ਨਹੀਂ ਉਹ ਕਰਿਆ ਕਿਸੇ ਦਾ ਮੇਰੇ ਬਾਪ ਨੇ
कि दस जावा जान लगे थोनू चंगी शायद लगे आप लंघीए ना अगे जी किसी नू पिछे रोक के वरिंदर दे छंद सुन आऊगा आनंद पाइए शौक दे जी तंद गल करिए जी ठोक के पाइए शौक दे जी तंद गल करिए जी ठोक के मोटिवेशनल क्योंकि सानू जिहड़ियां सतरां हुंदियां चाहे बाबा नजमी दियां होण चाहे किसी दियां होण जिहड़ियां मोटिवेट करदियां सानू अक्सर ही स्टेजां ते वी गईयां ते उह लोक सुण के बड़ा खुश हुंदे उहदे ते कुछ लिखिआ तुसीं हां मैं असल दे विच मैं ना उह चीज़ां ही मैं बड़ा नहीं ये सोचता हूँ भी यार इहदा हाल की होगा लोग सुनगे नहीं सुनगे ठीक है लोगों लिखते हैं पर मैं ये गल जानता कि जे तुसी लोगों काम करते हैं भाई जी तुसी सारा इलेक्शन लोगों वास्ते किया है ना तो लोगों ने तुहानू सुनिया इसे लोग पिटी जाते भी यार लोग नहीं सुनते वो बई तुहाडे काम च भी दम होना चाहिए लोग सुनगे तुहाडे काम च भी दम हो मैं तो जो कुछ मेरे मन च आता है तो मैं वो लिखदा राह तिंदौरी साहब कहते होंगे सके उन्होंने ना पहला सुना मुशायरे के शुरू शुरू च शुरू करना उन्होंने कहना भी मैंने अब तक वो सुनाया है जो आप सुनना चाहते थे अब मैं वो सुनाऊंगा जो मैं सुनाना चाहता हूँ क्या बात है सही मतलब उन्होंने अद्धे मुशायरे तक ले जाना लोग जो बज जाने उदो उन्होंने कहना मैं तो वो सुनाऊंगा क्योंकि अपना दिल कुछ होर कहता होंगे अपन स्टोरियां वो करनिया पैदा जड़िया चलनिया तो उन्होंने एक बार बन लो मुड़ के उन्होंने वो दसो भी आ क्योंकि कनैन की गोली गुड़ च लपेट के दी जाती है ओदा नहीं कोई खाऊगा तो गुड़ च लपेट के देनी पैंदी है तो मैं लिखा सीगा कि उही लिखदा जो कुछ मन नूं पाउंदा है मैनू भी उंज सब कुछ लिखना आउंदा है अजे ते कोई परवाह नहीं मैनू दुनिया की अजे ते मेरा बापू सर ते जांदा है अजे ते केवल उड़दियां धूड़ां ही दिसियां ने अजे ते वेखियो पिछे लश्कर आउंदा है हुण तां बूहे भेड़ के अजे ते लाउणियां ठिब्बियां किन्नियां लोकां ने अजे ते लाउणियां ठिब्बियां किन्नियां लोकां ने जिन्हां नूं मेरा एक भी शेर डराउंदा है कि अजे ते कढ़ना वहम है किन्नियां लोकां दा समझदे ने जो केवल मन परचाउंदा है अजे ते केवल उड़दियां धूड़ां ही दसियां ने अजे ते वेखो पिछे लश्कर आउंदा है ते हुण ते बूहे भेड़ के डक्या जाणा नहीं अजकल औलख सुपनियां विच भी आउंदा है अजकल औलख सुपनियां विच भी आउंदा है कई कई वार ना वैसे मैं उदां दा बंदा नहीं पर कई कई चीज़ां बंदे दे दिमाग च मैनूं कुछ एक लाइन तुहाडे दिमाग नूं करनी इक्को दिन मैनूं दो तीन फोन आए यार मैनू अज रात का सुपना एको दिन अच्छा कहना यार मैनू अज सुपना आया एक ना चो कुड़ी फोन भी बड़े आउंदे आ कई मुतासर के बई मैं एक बंदा कहिंदा बई मैनूं ब्लड कैंसर आ मैं थोड़े टाइम दा ही मेहमान आ ते कहिंदा पर जिन्ना टाइम हैगा तैनूं जरूर सुनना कहिंदा वी मैं इत्थों बाहला टाइम सुनिया नहीं जाना वी किन्नी दिल ते बंदे दे ओह गल ओह लगदी है ना इहो जिहियां गल्लां तां बहुत रोज़ फोन आउंदे आ बड़ा कुछ लोक कहिंदे आ पर कोई कोई गल इह आ वी उदों उधरों तां करतारी पल ना अगे गुरभजन गिल अंकल दे कोल मैं बहिंदा हुंदा सी मैनूं इह गल्लां ना हवाई जिहियां लगणियां वी एवें करी जांदे यार किहड़े करतारी पल की हुंदा है ना वी जिवें आपां कह दिंदे आ जादू मंत्र दीआं गल्लां जिहियां जां जिवें शक्तियां वाली गल्ला भी ये नहीं होंगे पर यार ये होंगे है मैं तो मानता इस चीज़ को जिवें मैं तुहानूं पहला आप गल करते पत्रकारी क्यों छड़ी वो एक दिल तुहाडा सॉफ्ट रहूगा रब नूं उही बंदा वेख सकदा जिहड़ा रब नूं वेखण दी कोशिश करूगा जिन्हें कोशिश ही नहीं की जिहड़ा चाहुंदा ही यही है भी मैं तो यह साबित करना रब है नहीं तो उहदे वास्ते है ही नहीं जिहड़े बंदा सोचूगा भी हाँ यार मैं तो रब वेखना है हो भी सकता तो वह वेख भी लूगा तो उवें है भी ये करतारी पल आम ये सारिया चीज़ा होंदियां ਮੈਨੂੰ ਆਮਦ ਹੁੰਦੀ ਹੈ ਕਈ ਕਈ ਵਾਰ ਜਿਵੇਂ ਕੋਈ ਉੱਧਰੋਂ ਗੱਲ ਹੋਈ ਯਥਾਰਥ ਦੀ ਗੱਲ ਵੀ ਹੁੰਦੀ ਆ ਉਹ ਅਤੇ ਨਾਲ ਉਹਦੇ 'ਚ ਹੁਣ ਦੇਖੋ ਇਹ ਬੰਦਾ ਹਰੇਕ ਬੰਦਾ ਆਪਣੇ ਹਿਸਾਬ ਨਾਲ ਸ਼ੇਅਰ ਲੈਂਦਾ ਹੈ ਹੈ ਨਾ
ਵੀ ਅੱਜ ਕੱਲ ਔਲਖ ਸੁਪਨਿਆਂ ਵਿੱਚ ਵੀ ਆਉਂਦਾ ਹੈ ਤੇ ਇਹ ਐਂ ਵੀ ਹੋ ਸਕਦਾ ਜਿਨ੍ਹਾਂ ਦੇ ਖਿਲਾਫ ਮੈਂ ਉਹ ਲਿਖੀਆਂ ਲੀਡਰਾਂ ਵਾਲਾ ਛੰਦ ਜਿਹਦੇ ਕਰਕੇ ਉਹਨਾਂ ਦੇ ਸੁਪਨਿਆਂ 'ਚ ਵੀ ਅਗਲਾ ਉਵੇਂ ਸੋਚ ਸਕਦਾ ਵੀ ਅੱਜ ਕੱਲ ਉਹਨਾਂ ਦੇ ਸੁਪਨਿਆਂ 'ਚ ਆ ਕੇ ਡਰਾਉਂਦਾ ਹੈ ਵੀ ਚੰਗੇ ਤਰੀਕੇ ਨਾਲ ਵੀ ਆ ਸਕਦਾ ਬੰਦਾ ਤੁਹਾਡੇ ਵੀ ਦਿਮਾਗ 'ਚ ਇੱਕ ਵਾਰ ਇਦਾਂ ਹੀ ਗਿਆ ਪੋਜ਼ਿਟਿਵ ਵੀ ਹੋ ਸਕਦਾ ਪਰ ਆਪਣੇ ਹਮੇਸ਼ਾ ਹੀ ਇਹ ਦਿਮਾਗ ਹੀ ਇੱਦਾਂ ਦਾ ਆਪਣਾ ਹਮੇਸ਼ਾ ਉਹੀ ਗੱਲ ਚੱਕਦਾ ਹੈ ਨੈਗੇਟਿਵ ਹੀ ਚੱਕਦਾ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਕਿਉਂਕਿ ਆਪਾਂ ਗੱਲਾਂ ਹੀ ਕਰਨੀਆਂ ਆਪਾਂ ਇੰਟਰੀ ਇੱਕ ਨਾ ਕਹਾਣੀ ਸੀਗੀ ਕਿ ਬੰਦਾ ਬਹੁਤ ਸਮੇਂ ਤੋਂ ਕਿਸੇ ਲਈ ਕੰਮ ਕਰਦਾ ਸੀਗਾ ਤਾਂ ਬੜਾ ਵਫ਼ਾਦਾਰ ਸੀਗਾ ਉਹਦਾ ਸੁਨਿਆਰੇ ਦਾ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦਾ ਸੁਨਿਆਰੇ ਦਾ ਬੜਾ ਵਫ਼ਾਦਾਰ ਬੰਦਾ 30 ਸਾਲ ਤੋਂ ਕੰਮ ਕਰ ਰਿਹਾ ਸੀਗਾ ਤੇ ਸੁਨਿਆਰਾ ਉਹਨੂੰ ਚਾਬੀ ਫੜਾ ਦਿੰਦਾ ਸੀਗਾ ਤੇ ਉਹ ਲੋਕ ਲਾ ਕੇ ਚਾਬੀ ਵਾਪਸ ਦਿੰਦਾ ਅੱਛਾ ਇੱਕ ਦਿਨ ਉਹਦੇ ਮਨ 'ਚ ਬੇਈਮਾਨੀ ਆ ਗਈ ਇੱਕ ਦਿਨ ਉਹਦੇ ਦਿਮਾਗ 'ਚ ਬੇਈਮਾਨੀ ਆ ਗਈ ਵੀ ਮੈਂ ਚੋਰੀ ਕਰਦਾ ਉਹ ਇੱਕ ਰਾਤ ਸੋਚਦਾ ਰਿਹਾ ਸੌ ਨਹੀਂ ਸਕਿਆ ਦੂਜੇ ਦਿਨ ਉਹਨੇ ਚਾਬੀ ਲਾਈ ਨਾ ਉਵੇਂ ਹੀ ਫੜਾ ਤੀ ਮਾਲਕ ਨੂੰ ਉਹਨੇ ਕਿਹਾ ਵੀ ਚਲੋ ਰਾਤ ਨੂੰ ਆ ਕੇ ਮੈਂ ਚੋਰੀ ਕਰ ਲੂੰਗਾ ਰਾਤ ਨੂੰ ਆਉਂਦਾ ਰਾਤ ਨੂੰ ਆ ਕੇ ਵੀ ਆਪਣਾ ਉਹ ਸਾਰੇ ਗਹਿਣੇ ਇਕੱਠੇ ਕਰ ਲੈਂਦਾ ਸਾਰੇ ਗਹਿਣੇ ਇਕੱਠੇ ਕਰਕੇ ਅਤੇ ਜਦੋਂ ਦੇਖਦਾ ਵੀ ਅਜੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ 9:00-9:00 ਵਜੇ ਆ ਵੀ ਲੋਕ ਤੁਰੇ ਫਿਰਦੇ ਆ ਬਾਜ਼ਾਰ 'ਚ ਤਾਂ ਪਤਾ ਲੱਗ ਜੂਗਾ ਉਹ ਕਹਿੰਦਾ ਵੀ ਚਲੋ ਲੋਕਾਂ ਨੂੰ ਵੀ ਟੈਕ ਲੈਂਦੇ ਮੈਂ ਵੀ ਘੜੀ ਪਰ ਆਰਾਮ ਕਰ ਲੈਂਦਾ ਇੱਕ ਰਾਤ ਪਹਿਲਾਂ ਉਹ ਸੁੱਤਾ ਨਹੀਂ ਆਰਾਮ ਕਰਨ ਪੈ ਗਿਆ ਅਤੇ ਉਹਨੂੰ ਆ ਗਈ ਨੀਂਦ ਜਾਗ ਨਹੀਂ ਖੁੱਲ੍ਹਦੀ ਅਤੇ ਸਵੇਰ ਹੋ ਜਾਂਦੀ ਹੈ ਅਤੇ ਮਾਲਕ ਆ ਜਾਂਦਾ ਉੱਥੇ ਉਹ ਫੜਿਆ ਜਾਂਦਾ ਇਹ ਕਹਾਣੀ ਕਿਸੇ ਪ੍ਰੋਫੈਸਰ ਨੇ ਸੁਣਾਈ ਅਤੇ ਇਹਦੇ 'ਚ ਗਲਤੀ ਕੀ ਹੈ ਉਹਦੀ ਚੋਰ ਦੀ ਕੀ ਗਲਤੀ ਰਹੀ ਵੀ ਉਹ ਚੋਰ ਦੀ ਕੀ ਗਲਤੀ ਰਹੀ ਇਹਦੇ ਵਿੱਚ ਗਲਤੀ ਉਹਦੀ ਸੌਣਾ ਹੀ ਇਹੀ ਤਾਂ ਗੱਲ ਹੈ ਵੀ ਆਪਣੇ ਗੱਲ ਦਿਮਾਗ 'ਚ ਨੈਗੇਟਿਵ ਜਾਂਦੀ ਹੈ ਚੋਰ ਦੀ ਗਲਤੀ ਤਾਂ ਇਹ ਵੀ ਉਹਨੇ ਚੋਰੀ ਕੀਤੀ ਵਫਾਦਾਰੀ 30 ਸਾਲਾਂ ਦੀ ਉਹ ਤਾਂ ਕਿਸੇ ਦੇ ਦਿਮਾਗ 'ਚ ਰਹੀ ਲੀਡਰ ਆਹੀ ਕੰਮ ਕਰਦੇ ਆ ਉਹ ਦੂਜੇ ਨੂੰ ਦੱਸ ਦੇ ਵੀ ਇਹਨੇ ਐਂ ਕਰਤਾ ਇਹਨੇ ਐਂ ਕਰਤਾ ਉਹ ਐਂ ਤਾਂ ਦੱਸਦੇ ਨੀ ਅਸੀਂ ਕੀਤਾ ਅਸੀਂ ਕੀ ਕੀਤਾ ਹੈਨਾ ਵੀ ਆਪਣੇ ਦਿਮਾਗ 'ਚ ਹਮੇਸ਼ਾ ਉਹ ਗੱਲ ਜਾਂਦੀ ਮੈਂ ਤੁਹਾਡੇ ਤੋਂ ਤਾਂ ਹੀ ਪੁੱਛਿਆ ਪ੍ਰੋਫੈਸਰ ਨੇ ਕਿਸੇ ਨੇ ਸੁਣਾ ਕੇ ਆਪਦੇ ਸਟੂਡੈਂਟਾਂ ਨੂੰ ਤੇ ਉਹਨਾਂ ਨੂੰ ਪੁੱਛਿਆ ਸਾਰੇ ਕਹਿੰਦੇ ਵੀ ਉਹ ਸੌਂ ਗਿਆ ਉਦਾਹਰਣ ਦਿੰਦਾ ਉਹਨੇ ਕਿਸੇ ਨੂੰ ਆਵਾਜ਼ ਹੁਣ ਨੀ ਮੈਂ ਤੁਹਾਡੇ ਤੋਂ ਸਵਾਲ ਪੁੱਛੂਗਾ ਹੁਣ ਮੈਂ ਆਪ ਹੀ ਦੱਸ ਦੂੰਗਾ ਕਹਿੰਦਾ ਵੀ ਉਹਨੇ ਇੱਕ ਬੰਦੇ ਨੂੰ ਆਵਾਜ਼ ਮਾਰੀ ਕਹਿੰਦਾ ਬਈ ਗੱਲ ਸੁਣਾ ਕਹਿੰਦਾ ਸਰਕਾਰ ਨੇ ਇੱਕ ਹੁਕਮ ਕੀਤਾ ਵੀ ਆਪਣਾ ਜਿਹੜਾ ਹਲਕਾ ਏ ਇਹ ਹਲਕੇ ਦੇ ਸਾਰੇ ਬੰਦੇ ਫਰੀਦਕੋਟ ਵਾਲੀ ਜੇਲ੍ਹ ਦੇ ਵਿੱਚ ਬੰਦ ਕਰ ਦੇਣੇ ਆ ਅਤੇ ਨਾਲ ਇੱਕ ਗਧਾ ਬੰਦ ਕਰ ਦੇਣਾ ਹੈ ਅਤੇ ਕਹਿੰਦਾ ਇਵੇਂ ਉਹ ਦੂਜੇ ਹਲਕੇ ਦੇ ਫਲਾਨੇ ਹਲਕੇ ਦੇ ਬੰਦੇ ਉਹ ਕਰਕੇ ਸਾਰਿਆਂ ਨੂੰ ਕੈਦ ਕਰਕੇ ਅਤੇ ਨਾਲ ਇੱਕ ਗਧਾ ਕੈਦ ਕਰ ਦੇਣਾ ਉਹ ਕਹਿੰਦਾ ਬਈ ਗਧਾ ਕਾਹਤੋਂ ਕਰ ਦੇਣਾ ਉਹ ਕਹਿੰਦਾ ਅਗਲੇ ਬੱਸ ਕਹਿੰਦਾ ਵੀ ਇਹਨੂੰ ਆਪਦੀ ਵੀ ਇੰਨੇ ਹਲਕੇ ਦੇ ਸਾਰੇ ਬੰਦਿਆਂ ਦੀ ਨਹੀਂ ਗਧੇ ਦੀ ਪਹਿਲਾਂ ਪੈ ਗਈ ਵੀ ਗਧਾ ਕਾਹਤੋਂ ਕਰ ਦੇਣਾ ਸਵਾਲ ਹੀ ਬਣ ਜਾਂਦਾ ਵੀ ਗਧਾ ਕਿਉਂ ਕਰਦਾ ਆਪਦਾਰੀ ਪਿੱਛੇ ਵੇਣ ਪਰ ਇੱਦਾਂ ਦੀਆਂ ਗੱਲਾਂ ਆਪਣੇ ਦਿਮਾਗ 'ਚ ਕੋਈ ਉਸੇ ਤਰ੍ਹਾਂ ਦੀ ਗੱਲ ਜਾਂਦੀ ਬੰਦੇ ਨੇ ਕਹੇ ਅਤੇ ਹੁੰਦਾ ਵੀ ਇੱਦਾਂ ਸ਼ਾਇਰੀ ਦੋ ਦੋ ਅਰਥ ਵੀ ਹੁੰਦੇ ਆ ਵੀ ਆਪਣੇ ਦਿਮਾਗ 'ਚ ਕੋਈ ਹੋਰ ਗੱਲਾਂ ਆਉਂਦੀਆਂ ਸ਼ਾਇਰੀ ਦੇ ਦੋ ਦੋ ਤਿੰਨ ਤਿੰਨ ਮਤਲਬ ਵੀ ਹੁੰਦੇ ਆ ਠੀਕ ਹੈ ਮੈਂ ਲਿਖਿਆ ਉਂਝ ਗੱਲ 'ਤੇ ਸਟੈਂਡ ਪੂਰਾ ਸਿਮਰਜੀਤ ਮਾਨ ਦਾ ਸਮਝੋ ਤੁਸੀਂ ਜਿਵੇਂ ਤੁਹਾਡੀ ਇੱਛਾ ਏ ਹਨਾ ਦੋ ਦੋ ਤਿੰਨ ਤਿੰਨ ਮਤਲਬ ਅਕਸਰ ਹੀ ਸ਼ਾਇਰੀ ਦੇ ਹੁੰਦੇ ਇਸ ਨੂੰ ਵਿਅੰਗ ਵੀ ਕਹਿ ਜਾਂਦਾ ਹੈ ਤੇ ਇਹਨੂੰ ਏਦਾਂ ਵੀ ਹੁੰਦਾ ਹੈ ਵੀ ਮਤਲਬ ਸਮਝ ਵੀ ਜਾਂਦੇ ਆ ਲੋਕ ਕਈ ਵਾਰੀ ਨਹੀਂ ਵੀ ਹੁੰਦੀ ਉਹ ਕਹਿਣ ਦੀ ਭਾਵਨਾ ਵੀ ਨਹੀਂ ਹੁੰਦੀ ਪਰ ਮੁੜ ਕੇ ਉਹ ਸ਼ਾਇਰ ਕਹਿੰਦਾ ਵੀ ਚਲੋ ਐਵੇਂ ਚੱਲਣ ਦਿਓ ਜੀ ਇਵੇਂ ਸਮਝਦੇ ਐਵੇਂ ਚੱਲਣ ਦਿਓ ਹਿੰਦੁਸਤਾਨ ਮੇਰੀ ਪੇਸ਼ਾਨੀ ਪੇ ਹਿੰਦੁਸਤਾਨ ਲਿਖ ਦੇਣਾ ਵੀ ਕੋਈ ਹੋਰ ਵੀ ਬੜੇ ਉਹਨਾਂ ਦੇ ਨਾ ਕਿਉਂਕਿ ਮੇਰੇ ਹੋ ਸਕਦਾ ਦਿਮਾਗ 'ਚ ਵੀ ਨਾ ਹੋਣ ਲਿਖੇ ਕਿਸੇ ਹੋਰ ਹਿਸਾਬ ਨਾਲ ਹੁੰਦੇ ਆ ਤੁਸੀਂ ਕਿਹਨੂੰ ਕਿਹਨੂੰ ਪੜ੍ਹਦੇ ਆ ਕਿ ਸਾਰਿਆਂ ਨੇ ਸਾਰਿਆਂ ਨੇ ਜੀ ਸੁਣ ਲਈਦਾ ਪੜ੍ਹ ਲਈਦਾ ਰਾਹਤ ਇੰਦੌਰੀ ਤਹਿਜ਼ੀਬ ਹਾਫੀ ਤਜ਼ੰਮੁਲ ਕਰੀਮ ਸਾਬਿਰ ਅਲੀ ਸਾਬਿਰ ਬਾਬਾ ਨਜ਼ਮੀ ਪੰਜਾਬੀ ਦੇ ਸ਼ਾਇਰ ਜਿਹੜੇ ਇੱਧਰ ਆਪਣੇ ਗੁਰਭਜਨ ਗਿੱਲ ਜੀ ਸੁਰਜੀਤ ਪਾਤਰ ਜੀ ਡਾਕਟਰ ਜਗਤਾਰ ਅੰਮ੍ਰਿਤਾ ਪ੍ਰੀਤਮ ਜਸਪਾਲ ਕਾਈ ਜੀ ਇਹਨਾਂ ਨਾਲ ਅਕਸਰ ਮੁਸ਼ਾਇਰਿਆਂ ਦੇ ਵਿੱਚ ਵੀ ਮਿਲਦੇ ਰਹੀਦਾ ਹੁਣ ਮੈਂ ਕਵਿਤਾਵਾਂ ਆਪ ਵੀ ਬੋਲਦਾ ਹੈ ਅਤੇ ਚਲੋ ਜਿਹੜੀ ਚੀਜ਼ ਨੂੰ ਮੈਂ ਲੈ ਕੇ
ਚੱਲਿਆ ਸੀਗਾ ਮੈਨੂੰ ਲੱਗਦਾ ਕਿ ਹੁਣ ਕਿਤੇ ਨਾ ਕਿਤੇ ਉਹ ਪੂਰਾ ਹੋਊਗਾ ਲੋਕ ਯਾਰ ਵਿਆਹਾਂ ਤੇ ਮੈਨੂੰ ਬੁਲਾਉਂਦੇ ਆ ਹੁਣ ਮੈਨੂੰ ਸਾਰੇ ਪੁੱਛਦੇ ਵੀ ਯਾਰ ਇਕੱਲੀ ਸ਼ਾਇਰੀ ਕਰਨਾ ਰੋਟੀ ਪਾਣੀ ਦਾ ਕਿੱਥੋਂ ਚੱਲਦਾ ਮੈਂ ਕਿਹਾ ਵੀ ਜਿੰਨਾਂ ਲਈ ਸ਼ਾਇਰੀ ਕਰਨਾ ਤੇ ਰੋਟੀ ਪਾਣੀ ਦਾ ਉਹ ਸੋਚਣਗੇ ਆਪਣੇ ਤੇ ਸੋਚਦੇ ਵੀ ਆ ਲੋਕ ਮੈਂ ਦੁਆਬੇ ਚ ਵਾਲਾ ਕਾਫੀ ਆ ਤੁਸੀਂ ਅਕਸਰ ਵੀਡੀਓ ਵੇਖਦੇ ਦੁਆਬੇ ਚ ਬੰਦੇ ਪ੍ਰੋਪਰ ਪੇ ਕਰਦੇ ਉਸ ਚੀਜ਼ ਦਾ ਤੇ ਸਾਦੇ ਆ ਇਹਨੂੰ ਹੁਣ ਵੱਡੇ ਪੱਧਰ ਤੇ ਮੈਂ ਕਹਿੰਦਾ ਵੀ ਵੈਸੇ ਤਾਂ ਲੋਕਾਂ ਦੀ ਇੱਦੂ ਵੱਡਾ ਪੱਧਰ ਕੀ ਹੋ ਸਕਦਾ ਲੋਕ ਸਾਦੇ ਵੀ ਹੈ ਤਾਂ ਇਹਨੂੰ ਹੋਰ ਵੀ ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਮੈਂ ਇਕੱਲਾ ਹੀ ਹੋਵਾਂ ਜਿੰਨੇ ਚੰਗੇ ਲਿਖਣ ਵਾਲੇ ਆ ਸਾਰੇ ਰਲ ਕੇ ਸਾਰਿਆਂ ਦਾ ਕੰਮ ਇੱਕ ਸ਼ਾਇਰੀ ਦਾ ਮਾਹੌਲ ਬਣੇ ਜਿਵੇਂ ਗਾਇਕਾਂ ਦਾ ਬਣ ਰਿਹਾ ਨਾ ਮਾਹੌਲ ਇਵੇਂ ਸ਼ਾਇਰੀ ਦਾ ਵੀ ਬਣੇ ਹਾਂ ਥੋੜ੍ਹਾ ਜਿਹਾ ਆਪਾਂ ਮਿਊਜ਼ਿਕ ਨਾਲ ਹੌਲੀ ਹੌਲੀ ਗਾਇਕੀ ਵਾਲੇ ਪਾਸੇ ਨੂੰ ਉਵੇਂ ਕਰ ਲਾਂਗੇ ਪਰ ਸ਼ਾਇਰੀ ਦਾ ਵੀ ਇੱਕ ਮਾਹੌਲ ਬਣੇ ਲੋਕ ਉਹ ਗੱਲਾਂ ਸੁਣਨ ਜਿਹੜੀਆਂ ਗੱਲਾਂ ਸੁਣਨ ਵਾਲੀਆਂ ਜਿਵੇਂ ਗੁਰ ਚ ਪਾ ਕੇ ਘੁਨੈਣ ਦੀ ਗੋਲੀ ਦੇਣ ਵਾਲੀ ਗੱਲ ਉਹ ਜਿਹੜੀਆਂ ਗੱਲਾਂ ਅਸਲ ਅਸਲ ਗੱਲਾਂ ਇੱਕ ਕੋਈ ਸ਼ੇਰ ਜਿਹੜਾ ਤੁਹਾਡਾ ਸਭ ਤੋਂ ਮਨ ਮਤਲਬ ਐਂ ਹੋਵੇ ਵੀ ਆਹ ਤੁਸੀਂ ਆਮ ਹੀ ਗੁਣਗੁਣਾਉਂਦੇ ਹੋ ਆਮ ਹੀ ਬੋਲਦੇ ਹੋ ਤੁਹਾਨੂੰ ਹਰ ਵਕਤ ਯਾਦ ਰਹਿੰਦਾ ਹੋਵੇ ਤੇ ਹਰ ਵਕਤ ਤੁਹਾਨੂੰ ਲੱਗਦਾ ਹਾਂ ਯਾਰ ਇੱਥੇ ਮੈਨੂੰ ਉਹ ਯਾਦ ਆ ਗਿਆ ਇੱਥੇ ਮੈਨੂੰ ਉਹ ਯਾਦ ਆ ਗਿਆ ਨਹੀਂ ਉਹ ਤਾਂ ਬੜੇ ਹੈ ਬਹੁਤ ਆ ਜਿਵੇਂ ਤੇਰਾ ਚੁੱਪ ਰਹਿਣਾ ਮੇਰੇ ਜ਼ਹਿਨ ਮੈਂ ਕਿਆ ਬੈਠ ਗਿਆ ਇਤਨੀ ਆਵਾਜ਼ਾਂ ਤੁਝੇ ਦੀ ਕੇ ਗਲਾ ਬੈਠ ਗਿਆ ਯੂੰ ਨਹੀਂ ਹੈ ਕਿ ਫਕਤ ਮੈਂ ਹੀ ਉਸੇ ਚਾਹਤਾ ਹੂੰ ਜੋ ਵੀ ਉਸ ਪੇੜ ਕੀ ਛਾਓ ਮੈਂ ਕਿਆ ਬੈਠ ਗਿਆ ਕਿ ਬਜ਼ਮੇ ਜਾਨਾ ਮੈਂ ਨਿਸ਼ਿਸ਼ਤੇ ਨਹੀਂ ਹੋਤੀ ਮਹਿਸੂਸ ਜੋ ਵੀ ਇੱਕ ਵਾਰ ਯਹਾਂ ਬੈਠ ਗਿਆ ਕਿ ਯੂੰ ਨਹੀਂ ਹੈ ਕਿ ਫਕਤ ਮੈਂ ਹੀ ਉਸੇ ਚਾਹਤਾ ਹੂੰ ਜੋ ਵੀ ਇੱਕ ਵਾਰ ਉਸ ਪੇੜ ਕੀ ਛਾਓ ਮੈਂ ਕਿਆ ਬੈਠ ਗਿਆ ਮਤਲਬ ਬੜੀਆਂ ਚੀਜ਼ਾਂ ਹੋਰ ਜਿਵੇਂ ਤਜ਼ੰਮਲ ਕਲੀਮ ਸਾਹਿਬ ਦਾ ਸ਼ੇਅਰ ਹੈ ਕਿ ਅੰਦਰ ਫੇਰ ਕੜਾਚ ਨਾ ਹੋਵੇ ਗੈਰ ਦਾ ਦੱਸਿਆ ਸੱਚ ਨਾ ਹੋਵੇ ਮੌਤ ਤੇ ਵਾਅਦਾ ਕੋਈ ਨਹੀਂ ਭੁੱਲਦਾ ਬੰਦਾ ਅਸਲੋਂ ਖੱਚ ਨਾ ਹੋਵੇ ਮੌਤ ਤੇ ਵਾਅਦਾ ਕੋਈ ਨਹੀਂ ਭੁੱਲਦਾ ਇਹ ਹੋਰਾਂ ਦੇ ਸ਼ੇਅਰ ਆ ਮੇਰੇ ਆਪਣੇ ਸ਼ੇਅਰ ਵੀ ਬੜੇ ਜਿਹੜੇ ਮੇਰੇ ਰਹਿੰਦੇ ਆ ਜ਼ਬਾਨ ਤੇ ਆਪਣੇ ਸ਼ੇਅਰ ਵੀ ਜਿਹੜੇ ਮੈਨੂੰ ਚੰਗੇ ਲੱਗਦੇ ਹੁਣ ਤੁਸੀਂ ਹੋਰ ਆਪਣੀ ਕਵਿਤਾ ਸੁਣਾਓ ਸਾਨੂੰ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਹੈ ਆਸ਼ਕ ਦੀ ਹੋਣੀ ਤਾਂ ਮੈਨੂੰ ਤਾਂ ਪਹਿਲਾਂ ਤੋਂ ਹੀ ਤੈਅ ਹੁੰਦੀ ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਹੈ ਆਸ਼ਕ ਦੀ ਹੋਣੀ ਤਾਂ ਮਿੱਤਰਾਂ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਕਿ ਦਿਲ ਦਾ ਛੰਨਾ ਛਲਕ ਹੀ ਜਾਂਦਾ ਹੰਝੂਆਂ ਦਾ ਫਿਰ ਮੀਂਹ ਵਰਦਾ ਏ ਦਰਦਾਂ ਦੇ ਨਾਲ ਜਦ ਕਦੇ ਵੀ ਯਾਦ ਦੀ ਬਦਲੀ ਖਹਿ ਹੁੰਦੀ ਹੈ ਦਰਦਾਂ ਦੇ ਨਾਲ ਜਦ ਕਦੇ ਵੀ ਯਾਦ ਦੀ ਬਦਲੀ ਖਹਿ ਹੁੰਦੀ ਹੈ ਕਿ ਧਰਮ ਦੇ ਮਸਲੇ ਉੱਤੇ ਜਿਹੜੇ ਉੱਚੀ ਚੀਕਾਂ ਮਾਰਨ ਧਰਮ ਦੇ ਮਸਲੇ ਉੱਤੇ ਜਿਹੜੇ ਉੱਚੀ ਚੀਕਾਂ ਮਾਰਨ ਧਰਮ ਦੀ ਹੱਤਿਆ ਪਿੱਛੇ ਅਕਸਰ ਉਹਨਾਂ ਦੀ ਹੀ ਸ਼ੈ ਹੁੰਦੀ ਹੈ ਧਰਮ ਦੀ ਹੱਤਿਆ ਪਿੱਛੇ ਅਕਸਰ ਉਹਨਾਂ ਦੀ ਹੀ ਸ਼ੈ ਹੁੰਦੀ ਹੈ ਉਹ ਤੇ ਉਹ ਸੀ ਉਹਦੇ ਵਰਗਾ ਅੱਜ ਤਾਈਂ ਕੋਈ ਲੱਭਿਆ ਨਹੀਂ ਆਉਣੇ ਜਾਣੇ ਬਹੁਤ ਸਿਆਣੇ ਉਹਦੀ ਥਾਂ ਨਹੀਂ ਲੈ ਹੁੰਦੀ ਹੈ ਕਿ ਖੁਦ ਨੂੰ ਆਸ਼ਕ ਕਹਿਣ ਵਾਲਿਆ ਤੂੰ ਦੱਸ ਤੈਨੂੰ ਕੀ ਹੋਇਆ ਏ ਖਿੱਚ ਪਿਆਰ ਤੇ ਇਸ਼ਕ ਮੁਹੱਬਤ ਵੱਖਰੀ ਵੱਖਰੀ ਸ਼ੈ ਹੁੰਦੀ ਹੈ ਕਿ ਦਿਲ ਤੋਂ ਦਿਮਾਗ ਤੱਕ ਦੀ ਸਾਨੂੰ ਰੋਜ਼ ਵਾਟ ਮਾਰਦੀ ਖੁੱਲ੍ਹ ਕੇ ਕਦੇ ਨਹੀਂ ਕਹਿ ਸਕੇ ਇਹੀ ਤਾਂ ਘਾਟ ਮਾਰਦੀ ਮੇਰੇ ਤੇ ਕਮਲੀ ਇਸ ਤਰ੍ਹਾਂ ਯਕੀਨ ਕਰਨੋਂ ਹਟ ਗਈ ਕਿ ਰੋਜ਼ ਮੇਰੀ ਚੈਟ ਦੇ ਸਕਰੀਨਸ਼ਾਟ ਮਾਰ ਏਦਾਂ ਦੀਆਂ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਯਾਰ ਹੁਣ ਆਇਆ ਥੋੜਾ ਰੋਈ ਥੋੜਾ ਜਾਣਾ ਸਹੀ ਗੱਲ ਹੈ ਜਿਵੇਂ ਇੱਦਾਂ ਹੁਣ ਕਈ ਚੀਜ਼ਾਂ ਦੇ ਸ਼ਬਦ ਹੈਗੇ ਵੀ ਜੋ ਸਾਡੇ ਭਾਸ਼ਾ ਦੇ ਹੁਣ ਕਈ ਮਾਡਰਨ ਸ਼ਬਦ ਵੀ ਸਾਡੇ ਜਾਏ ਅੰਗਰੇਜ਼ੀ ਦੇ ਸ਼ਬਦ ਹੁਣ ਯੂਜ਼ ਕਰਨੇ ਪੈਂਦੇ ਆ ਕਿਉਂਕਿ ਬਹੁਤ ਹੱਦ ਤੱਕ ਜਿਹੜੇ ਉਹ ਸਾਡੀ ਭਾਸ਼ਾ 'ਚ ਹੀ ਅੰਦਰ ਦਾਖਲ ਹੋ ਚੁੱਕੇ ਆ ਹੁਣ ਮੋਬਾਈਲ ਨੂੰ ਜੇ ਪੰਜਾਬੀ 'ਚ ਕਹਿਣਾ ਹੋਵੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੈ ਹੁਣ ਮੋਬਾਈਲ ਨੂੰ ਤਾਂ ਮੋਬਾਈਲ ਹੀ ਕਹਿਣਾ ਪਊਗਾ ਨਾ ਪੰਜਾਬੀ ਦਾ ਨਾਮ ਤਾਂ ਸਾਨੂੰ ਯਾਦ ਹੀ ਨਹੀਂ ਮੈਂ ਤੁਹਾਨੂੰ ਇਹ 'ਤੇ ਸ਼ੇਅਰ ਸੁਣਾਉਣਾ ਤਹਿਜ਼ੀਬ ਹਾਫੀ ਨੂੰ ਲੋਕ ਬਹੁਤ ਜ਼ਿਆਦਾ ਸੁਣਨ ਲੱਗ ਗਏ ਪਾਕਿਸਤਾਨੀ ਨਿਕਲੇ ਇੰਡੀਅਨ ਵੀ ਠੀਕ ਹੈ ਤਾਂ ਇਹ ਉਰਦੂ ਸ਼ਾਇਰੀ 'ਚ ਵੱਡਾ ਨਾਮ ਆ ਜੀ ਠੀਕ ਹੈ ਜੀ ਤਾਂ ਉਹਨਾਂ ਦਾ ਇੱਕ ਸ਼ੇਅਰ ਹੈ ਕਿ ਥੋੜ੍ਹਾ ਲਿਖਾ ਔਰ ਜ਼ਿਆਦਾ ਛੋੜ ਦੀਆ ਆਨੇ ਵਾਲੋ ਕੇ ਲੀਏ ਰਸਤਾ ਛੋੜ ਦੀਆ ਲੜਕੀਆਂ ਇਸ਼ਕ ਮੇ ਇਤਨੀ ਪਾਗਲ ਹੋਤੀ ਹੈ ਫੋਨ ਬਜਾ ਔਰ ਚੂਲਾ ਜਲਤਾ ਛੋੜ ਦੀਆ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਸ਼ਾਇਰੀ ਦੇ ਵਿੱਚ ਹਨਾ ਕਿ ਬਸ ਸਕਰੀਨ ਸ਼ਾਟ ਲਿਆਵਾਂਗੇ ਮੋਬਾਈਲ ਚਾਰਜ ਹੈਡਫੋਨ ਇਹਨਾਂ ਚੀਜ਼ਾਂ ਜਿਹੜੀ ਭਾਸ਼ਾ ਅੱਜ ਹੁਣ ਹਿੱਸਾ ਬਣ ਚੁੱਕੀ ਆ ਉਹ ਵੀ ਤਾਂ ਸਾਨੂੰ ਦੱਸਣੀ ਪਊਗੀ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਬਾਹਲਾ ਉਹ ਬਣਾ ਲਿਆ ਵੀ ਯਾਰ ਇਹ ਨਾ ਮਰਿਆਦਾ ਜੀ ਹੁੰਦੀ ਆ ਐਂ ਹੁੰਦੀ ਹੈ ਜਿਵੇਂ ਧਰਮ ਤੋਂ ਲੋਕੀ ਕਾਹਤੋਂ ਫਾਇਦੇ ਆ ਧਰਮ ਤੋਂ ਇਸੇ ਕਰਕੇ ਬੰਧਨ ਵਾਲੇ ਆ ਤਾਂ ਜਦੋਂ ਆਪਾਂ ਉਹਨਾਂ ਨੂੰ ਖੁੱਲ੍ਹ ਦੇਵਾਂਗੇ ਓਸ਼ੋ ਨੇ ਖੁੱਲ੍ਹ ਦਿੱਤੀ ਉਹ ਕਿੰਨੇ ਜੁੜੇ ਉਹਦੇ ਨਾਲ ਹੈ ਨਾ ਵੀ ਲੋਕ ਖੁੱਲ੍ਹਾਪਣ ਭਾਲਦੇ ਹੁਣ ਭਾਈ ਰਣਜੀਤ ਸਿੰਘ ਢੱਡੀਆਂ ਉਹ ਕਿੰਨੀ ਕਿਸ ਹੱਦ ਤੱਕ
ਸਮੇਂ ਦੇ ਹਿਸਾਬ ਨਾਲ ਗੁਰੂ ਨਾਨਕ ਦੇਵ ਜੀ ਨੇ ਵੀ ਕਿਸੇ ਹੱਦ ਤੱਕ ਉਦੋਂ ਕਿੰਨੇ ਬੰਧਨ ਤੋੜੇ ਸਮੇਂ ਦੇ ਹਿਸਾਬ ਨਾਲ ਬੰਧਨ ਟੁੱਟਦੇ ਜਾਂਦੇ ਆ ਤਾਂ ਇਵੇਂ ਸ਼ਾਇਰੀ ਦੇ ਵਿੱਚ ਸ਼ਾਇਰੀ ਦੇ ਵਿੱਚ ਸਾਨੂੰ ਬੰਧਨ ਤੋੜਨੇ ਪੈਣੇ ਐਂ ਨਹੀਂ ਹੁੰਦਾ ਵੀ ਇਹ ਐਂ ਹੁੰਦਾ ਇੱਥੋਂ ਇੰਨਾ ਕੁ ਕਹਿੰਦਾ ਸ਼ਾਇਰੀ ਤੋਲਦੇ ਰਹਿੰਦੇ ਨੇ ਬਹਿਰ ਅੰਦਰ ਕਹਿੰਦਾ ਹੱਕ ਹੱਥ ਤੱਕੜੀ ਤੋਲਵੀਂ ਪਕੜ ਕਾਢੇ ਉਸਤਾਦ ਦਮਨ ਲਿਖਦੇ ਆ ਕਿ ਹੱਥ ਤੱਕੜੀ ਤੋਲਵੀਂ ਪਕੜੇ ਸ਼ਾਇਰੀ ਤੋਲਦੇ ਰਹਿੰਦੇ ਨੇ ਬਹਿਰ ਅੰਦਰ ਬੇਪਰਵਾਹ ਹੁੰਦਾ ਕਵੀ ਪਾਸਕੂ ਤੋਂ ਉਹ ਤਾਂ ਲਿਖਦਾ ਆਪਣੀ ਹੀ ਲਹਿਰ ਅੰਦਰ ਕਿ ਬੇਪਰਵਾਹ ਹੁੰਦਾ ਕਵੀ ਪਾਸਕੂ ਤੋਂ ਉਹ ਤਾਂ ਲਿਖਦਾ ਆਪਣੀ ਹੀ ਲਹਿਰ ਅੰਦਰ ਉਸ ਵਕਤ ਜੇ ਉਸ ਨੂੰ ਖਬਰ ਹੋਵੇ ਕਾਇਨਾਤ ਦਾ ਹੁਸਨ ਸਮੇਟ ਲਏ ਉਹ ਕੌੜਾ ਲਿਖੇ ਤੇ ਦੁਨੀਆਂ ਹੋ ਜਾਏ ਕੌੜੀ ਇੰਨਾ ਅਸਰ ਹੁੰਦਾ ਉਹਦੇ ਜ਼ਹਿਰ ਅੰਦਰ ਕਿਆ ਵਾ ਇੰਨਾ ਅਸਰ ਹੁੰਦਾ ਉਹਦੇ ਜ਼ਹਿਰ ਅੰਦਰ ਵੀ ਜੇ ਉਹ ਕੌੜਾ ਲਿਖੇ ਜੇ ਕਾਇਨਾਤ ਦਾ ਹੁਸਨ ਵੀ ਸਮੇਟ ਸਕਦਾ ਕੌੜਾ ਇਸ ਹੱਦ ਤੱਕ ਲਿਖ ਸਕਦਾ ਵੀ ਉਵੇਂ ਕੋਈ ਬੰਦਾ ਜ਼ਬਾਨ ਨਾਲ ਇੰਨਾ ਨਹੀਂ ਉਹਨੂੰ ਮਾਰ ਸਕਦਾ ਵੀ ਜੇ ਕੋਈ ਹੋਰ ਬੰਦਾ ਚਾਹਵੇ ਵੀ ਉਹ ਗੋਲੀ ਮਾਰ ਕੇ ਵੀ ਨਹੀਂ ਉਹਨਾਂ ਮਾਰ ਸਕਦਾ ਜਿੰਨਾ ਉਹ ਜ਼ਬਾਨ ਨਾਲ ਸਾਡੇ ਜ਼ਫਰਨਾਮੇ ਮੌਜੂਦ ਆ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤਾਂ ਫਿਰ ਹਾਂ ਔਰੰਗਜ਼ੇਬ ਨੂੰ ਸਭ ਕੁਝ ਹਾਂ ਇੰਨਾ ਅਸਰ ਹੁੰਦਾ ਉਹਦੇ ਮਤਲਬ ਇੰਨਾ ਮਤਲਬ ਲਿਖਤ ਚ ਇਹੋ ਜਿਹਾ ਦਮ ਹੁੰਦਾ ਇਹ ਜੀ ਬਿਲਕੁਲ ਬਿਲਕੁਲ ਤੇ ਇਦਾਂ ਹੀ ਹੈ ਵੀ ਇਹ ਤਾਂ ਸਾਨੂੰ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦੇ ਜਾਣਾ ਪੈਂਦਾ ਹੈ ਤਾਂ ਜੇ ਅਸੀਂ ਚਾਹੀਏ ਤਾਂ ਕੁਛ ਵੀ ਸਮੇਟ ਸਕਦੇ ਕੁਛ ਵੀ ਸਮੇਟ ਕਹਾਣੀ ਸੁਣਾ ਦਿਓ ਕੋਈ ਕਹਾਣੀ ਹਾਂ ਵੀ ਇੱਕ ਨਾ ਆਹੀ ਜਿਵੇਂ ਬਹੁਤੇ ਬੰਧਨਾਂ ਵਾਲੀ ਗੱਲ ਆਪਾਂ ਕਰਦੇ ਹਾਂ ਮੈਂ ਵੈਸੇ ਪਹਿਲਾਂ ਵੀ ਸੁਣਾਈ ਹੈ ਆਪਣੇ ਸੁਣਨ ਵਾਲਿਆਂ ਨੇ ਸ਼ਾਇਦ ਨਾ ਸੁਣੀ ਹੋਵੇ ਉਹ ਕਹਾਣੀ ਬੜੀ ਜ਼ਬਰਦਸਤ ਕਹਾਣੀ ਹੈ ਵੀ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਭਗਤੀ ਕਿਤੇ ਇੱਦਾਂ ਹੀ ਭਗਤੀ ਹੁੰਦੀ ਹੈ ਵੀ ਬਹਿ ਜਾਓ ਕਿਤੇ ਤਪੱਸਿਆ ਕਰਨ ਬਹਿ ਜਾਓ ਅਤੇ ਕੰਮ ਕੋਈ ਕਰੋ ਨਾ ਬਾਬੇ ਨਾਨਕ ਨੇ ਆਪਾਂ ਨੂੰ ਕਿਰਤ ਕਰੋ ਉਹਨਾਂ ਤੋਂ ਦੂਰ ਕੀਤਾ ਬਾਬੇ ਨਾਨਕ ਨੇ ਹਾਂ ਵੀ ਇਕੱਠਾ ਨਹੀਂ ਕੰਮ ਕਰਨਾ ਔਖੇ ਜੇ ਨਹੀਂ ਹੋਣਾ ਔਖੇ ਨਹੀਂ ਹੋਣਾ ਹਾਂ ਤੇ ਔਖੇ ਕੰਮ 'ਚ ਹੋ ਜਾਓ ਔਖੇ ਕੰਮ 'ਚ ਕੰਮ 'ਚ ਹੋ ਜਾਓ ਹੁਣ ਤੁਸੀਂ ਆਪਾਂ ਤਰਦਦ ਇੰਨਾ ਕਰਦੇ ਹਾਂ ਕਿਤੇ ਵੀ ਆਪਾਂ ਆਉਣੇ ਜਾਂਦੇ ਹਾਂ ਅੱਜ ਤੁਸੀਂ ਸੁਬਾਹ ਨਿਕਲੇ ਹੋ ਹੈ ਨਾ ਕਈ ਵਾਰੀ ਭੁੱਖੇ ਵੀ ਰਹਿਣਾ ਪੈਂਦਾ ਬੰਦੇ ਕਿਤੇ ਕਵਰ ਕਰਨ ਗਏ ਭੁੱਖੇ ਵੀ ਰਹਿਣਾ ਪੈਂਦਾ ਚਾਹ ਪੀਣਾ ਪਾਣੀ ਪੀਣਾ ਤਾਂ ਉਹ ਵੀ ਇੱਕ ਤਪੱਸਿਆ ਹੀ ਹੈ ਤਪੱਸਿਆ ਹਾਂ ਹੁਣ ਇਹ ਤਪੱਸਿਆ ਤੇ ਕਹਾਣੀ ਸੀਗੀ ਦੋ ਭਰਾ ਸੀਗੇ ਜੀ ਦੋ ਭਰਾ ਆਪਣੇ ਇੱਕ ਬਚਪਨ ਦੇ ਵਿੱਚ ਇਹਨਾਂ ਦਸ ਬਾਰਾਂ ਸਾਲ ਦੀ ਉਮਰ ਦੇ ਵਿੱਚ ਤਪੱਸਿਆ ਨਿਕਲ ਗਿਆ ਠੀਕ ਹੈ ਇੱਕ ਘਰ ਦਾ ਇੱਕ ਨੇ ਗ੍ਰਹਿਸਥੀ ਸੰਭਾਲ ਲਈ ਘਰ ਦਾ ਪਹਿਲੀ ਪੱਠਾ ਅਤੇ ਹੁਣੇ ਵਿਆਹ ਵੀ ਕਰਾਇਆ ਠੀਕ ਹੈ ਬੱਚੇ ਵੀ ਹੋ ਗਏ ਅਤੇ ਉਹ ਬਹੁਤ ਜ਼ਿਆਦਾ ਮਿਹਨਤ ਕਰੇ ਇਮਾਨਦਾਰੀ ਨਾਲ ਆਪਣਾ ਕੰਮ ਕਰੇ ਕਦੇ ਕਿਸੇ ਨਾਲ ਉਹਨੇ ਮਾੜਾ ਨਹੀਂ ਕੀਤਾ ਇਮਾਨਦਾਰੀ ਨਾਲ ਪੂਰਾ ਕੰਮ ਕੀਤਾ ਅਤੇ ਇੱਕ ਨੇ 12 ਸਾਲ ਤਪੱਸਿਆ ਕੀਤੀ ਜੀ ਉਹ ਜਦੋਂ 20-22-25 ਸਾਲ ਦਾ ਹੋ ਕੇ ਆਇਆ ਵਾਪਸ ਘਰੇ ਆਉਂਦਾ ਤਾਂ ਘਰੇ ਉਹਨੂੰ ਦੇਖਦਾ ਵੀ ਭਰਜਾਈ ਹੁੰਦੀ ਹੈ ਆ ਕੇ ਉਹ ਦੱਸਦਾ ਹੈ ਕਹਿੰਦਾ ਵੀ ਐਂ ਕਰਕੇ ਮੈਂ ਉਹਦਾ ਭਰਾ ਹਾਂ ਉਹ ਕਹਿੰਦੀ ਹਾਂਜੀ ਦੱਸਦਾ ਹੁੰਦਾ ਤਾਂ ਵੀ ਕਹਿੰਦੇ ਵੀ ਉਹ ਦੱਸਦਾ ਹੁੰਦਾ ਮੇਰਾ ਘਰ ਵਾਲਾ ਜਾਂ ਕਹਿ ਲਓ ਤੁਹਾਡਾ ਭਰਾ ਵੀ ਦੱਸਦਾ ਹੁੰਦਾ ਵੀ ਇੱਕ ਮੇਰਾ ਭਰਾ ਵੱਡਾ ਉਹ ਗਿਆ ਵਾ ਤਪੱਸਿਆ 'ਤੇ ਅਤੇ ਕਹਿੰਦਾ ਫਿਰ ਉਹਨੂੰ ਬੁਲਾ ਲਿਓ ਕਹਿੰਦੀ ਵੀ ਹਾਂ ਮੈਂ ਬੁਲਾ ਲਿਆਉਣੀ ਆ ਵੀ ਐਂ ਆ ਰਸਤੇ 'ਚ ਨਹਿਰ ਪੈਂਦੀ ਜੇ ਨਹਿਰ ਵਗਦੀ ਹੋਈ ਫਿਰ ਤਾਂ ਮੈਨੂੰ ਜ਼ਿਆਦਾ ਟਾਈਮ ਲੱਗ ਜਾਊ ਥੋੜ੍ਹਾ ਜਿਹਾ ਨਹੀਂ ਮੈਂ ਕਹਿੰਦੀ ਛੇਤੀ ਆ ਜੀ ਕਹਿੰਦਾ ਵੀ ਚੱਲ ਤੂੰ ਇਉਂ ਕਰ ਆ ਮੇਰੇ ਤੋਂ ਰਾਖ ਲੈ ਜਾ ਤਪੱਸਿਆ ਕਰਕੇ ਆਇਆ ਹੁੰਦਾ ਕਹਿੰਦਾ ਰਾਖ ਲੈ ਜਾ ਅਤੇ ਰਾਖ ਸਿੱਟਦੀ ਉਸ ਨਹਿਰ ਦੇ ਵਿੱਚ ਅਤੇ ਨਹਿਰ ਦਾ ਪਾਣੀ ਦੋਹਾਂ ਦਾ ਹੋਜੂ ਠੀਕ ਹੈ ਤਪੱਸਿਆ ਯਾਰ ਮੈਂ ਵੀ ਹੈਰਾਨ ਹੋ ਜਾਂਦੀ ਹੈ ਕਹਿੰਦੀ ਠੀਕ ਹੈ ਜੀ ਲੈ ਜਾਂਦੀ ਆ ਸੱਤ ਵਚਨ ਕਹਿ ਕੇ ਸਿੱਟਦੀ ਆ ਰਾਖ ਪਾਣੀ ਦੋਹਾਂ ਦਾ ਹੋ ਜਾਂਦਾ ਜਦੋਂ ਪਾਣੀ ਦੋਹਾਂ ਦਾ ਹੋ ਜਾਂਦਾ ਅਤੇ ਜਾਂਦੀ ਆਪਦੇ ਪਤੀ ਕੋਲ ਭੱਜੀ ਵੀ ਤੇਰਾ ਭਰਾ ਆਇਆ ਬਹੁਤ ਕਰਨੀ ਯਾਰ ਕਹਿੰਦੀ ਵੀ ਉਹਨੇ ਮੈਨੂੰ ਐਂ ਰਾਖ ਦਿੱਤੀ ਅਤੇ ਪਾਣੀ ਦੋਹਾਂ ਦਾ ਹੋ ਗਿਆ ਉਹ ਕਹਿੰਦਾ ਵੀ ਆ ਥੋੜ੍ਹਾ ਜਿਹਾ ਥਾਂ ਰਹਿ ਗਿਆ ਮੈਂ ਵਾਹ ਕੇ ਆਉਣਾ ਅਤੇ ਉਹਨੇ ਹਲ ਨਾਲ ਉਹ ਲਾਹ ਕੇ ਚਾਉਣ ਨਾਲ ਉਹ ਮਿੱਟੀ ਦੇ ਦਿੱਤੀ ਕਹਿੰਦਾ ਵੀ ਇਉਂ ਕਰੀ ਜਾਂਦੀ ਹੋਈ ਇਹ ਸਿੱਟਦੀ ਅਤੇ ਪਾਣੀ ਦੋ ਉਹ ਕਹਿੰਦੀ ਕਮਲਾ ਹੋਇਆ ਤੂੰ ਆਪਦੇ ਘਰ ਵਾਲੇ 'ਤੇ ਕਿੱਥੇ ਯਕੀਨ ਹੁੰਦਾ ਤੂੰ ਇੱਥੇ ਮਾਰਦਾ ਭਗਤੀ ਕੀਤੀ ਵੀ ਉਹਦੀ ਭਗਤੀ ਕੀਤੀ ਵੀ ਤੂੰ ਕਮਲਾ ਹੋ ਗਿਆ ਤਾਂ ਉਹ ਕਹਿੰਦਾ ਨਹੀਂ ਤੂੰ ਸਿੱਟ ਕੇ ਦੇਖੀ ਕਹਿੰਦਾ ਅਸੀਂ ਵੀ ਕਹਿੰਦਾ ਵੀ ਇੰਨੇ ਸਾਲ ਤਪੱਸਿਆ ਹੀ ਆ ਸਾਡੀ ਵੀ ਕਹਿੰਦਾ ਮੈਂ ਬਲਦਾਂ ਦੇ ਮੂੰਹਾਂ 'ਤੇ ਛਿੱਕਲੀਆਂ ਦੇ ਕੇ ਲੈ ਕੇ ਆਉਣਾ ਵੀ ਕਿਸੇ ਦੇ ਮੂੰਹ ਨਾ ਮਾਰ ਲੈਣੇ ਇੱਕ ਸਿੱਟੇ ਨੂੰ ਮੂੰਹ ਨਹੀਂ ਮਾਰਿਆ ਕਦੇ ਮੇਰੇ ਬਲਦਾਂ ਨੇ ਅਤੇ ਕਹਿੰਦਾ ਵੀ ਕਦੇ ਕਿਸੇ ਦਾ ਵੱਟ ਨਹੀਂ ਵੱਢੀ ਅਤੇ ਕਹਿੰਦਾ ਵੀ ਸਾਡੀ ਵੀ ਇੱਕ ਤਪੱਸਿਆ ਹੀ ਆ ਕਹਿੰਦਾ ਤੂੰ ਸਿੱਟ ਕੇ ਵੇਖੀ ਉਹ ਸੋਚਦੀ ਆਉਂਦੀ ਵੀ ਐਵੇਂ ਕਮਲਾ ਪਕਾਈ ਮਾਰੀ ਜਾਂਦਾ ਤੁਹਾਨੂੰ ਮੈਂ ਦੱਸਿਆ ਵੀ ਆਪਦੇ ਪਤੀ 'ਤੇ ਇਹ 'ਤੇ ਵੀ ਮੈਂ ਤੁਹਾਨੂੰ ਸੁਣਾਊਂਗਾ ਇਹ 'ਤੇ ਬਾਅਦ 'ਚ ਯਾਦ ਰੱਖਿਓ ਤੁਸੀਂ ਯਾਦ ਕਰਾਉਣਾ ਕਹਿੰਦਾ ਵੀ ਆਪਣਾ ਉਹ ਕਹਿੰਦੀ ਵੀ ਐਵੇਂ ਕਮਲ ਮਾਰੀ ਜਾਂਦਾ ਜਦੋਂ ਆ ਜਾਂਦੀ ਆ ਉਹ ਨਹਿਰ ਦੇ ਕੋਲ ਆ ਕੇ ਸਿੱਟਦੀ ਆ ਉਹ ਕਹਿੰਦੀ ਚੱਲ ਸਿੱਟ ਕੇ ਤਾਂ ਵੇਖਾਂ ਕੀ ਪਤਾ ਕਮਲਾ ਸੱਚ ਹੀ ਬੋਲਦਾ ਹੋਵੇ ਸਹੀ ਆ ਅਤੇ ਉਹ ਮਾੜਾ ਹੀ ਸਿੱਟ ਕੇ ਵਹਿੰਦੀ ਆ ਅਤੇ ਪਾਣੀ ਦੋਹਾਂ ਹੋ ਜਾਂਦਾ ਜੀ ਲੰਘ ਜਾਂਦੀ ਆ ਕਮਾਲ ਆ ਉਹਨੂੰ ਜਾ ਕੇ ਦੱਸਦੀ ਆ ਫਿਰ ਪੂਰੇ ਜਿਵੇਂ
ਹੰਕਾਰ ਨਾਲ ਹਾਂ ਹੈ ਨਾ ਰੋਬ ਨਾਲ ਕਹਿੰਦੀ ਮੇਰੇ ਉਧਰ ਮੇਰੇ ਘਰ ਵਾਲਿਆਂ ਨੇ ਮਿੱਟੀ ਦੇਤੀ ਸੀ ਜਿਵੇਂ ਹੁਣ ਕਈਆਂ ਦੇ ਘਰ ਵਾਲੇ ਉਹ ਬਣੇ ਆ ਨਾ MLA ਨਵੇਂ ਬਣੇ ਆ ਜਿਹੜੇ ਉਹਨਾਂ ਨੂੰ ਬੜਾ ਐ ਹੁੰਦਾ ਹੋਊਗਾ ਵੀ ਹਾਂ ਯਾਰ ਸਾਡੇ ਘਰ ਵਾਲੇ ਬਣ ਗਏ ਨਾ ਜਿਹੜੇ ਚਲੋ ਪੁਰਾਣੇ ਆ ਉਹਨਾਂ ਤਾਂ ਆਤਾਂ ਪਈਆਂ ਆਤਾਂ ਹੀ ਪਈਆਂ ਤੇ ਜਿਹੜੀਆਂ ਤੇ ਨਵੇਂ ਬਣੇ ਆ ਉਹਨਾਂ ਨੂੰ ਐ ਹੋਊਗਾ ਵੀ ਹਾਂ ਯਾਰ ਮੇਰਾ ਘਰ ਵਾਲਾ ਬਣਿਆ ਹੁੰਦਾ ਹੀ ਹੈ ਸੋਨਾ ਵੀ ਚਾਹੀਦਾ ਇਹ ਸਹੀ ਆ ਉਹ ਜਾ ਕੇ ਦੱਸਦੀ ਵੀ ਐ ਮੇਰੇ ਘਰ ਵਾਲੇ ਨੇ ਮਿੱਟੀ ਦੇਤੀ ਉਧਰੋਂ ਉਹ ਹੈਰਾਨ ਹੁੰਦਾ ਵੀ ਯਾਰ ਅਸੀਂ ਇੰਨੇ ਸਾਲ ਤਪੱਸਿਆ ਕੀਤੀ ਤੇ ਇਹ ਘਰੇ ਰਹਿ ਕੇ ਸਾਰੇ ਨਜ਼ਾਰੇ ਲੈ ਕੇ ਤੇ ਤਾਂ ਵੀ ਦੁਨੀਆਦਾਰੀ ਸਾਰੀ ਵੇਖ ਕੇ ਤੇ ਤਾਂ ਵੀ ਮੇਰੇ ਜਿੰਨੀ ਪਾਵਰ ਰੱਖੀ ਬੈਠਾ ਆਉਂਦਾ ਉਦੋਂ ਨੂੰ ਭਰਾ ਆ ਜਾਂਦਾ ਮਿਲਦੇ ਆ ਦੋਵੇਂ ਭਰਾ ਜੱਫੀਆਂ ਪਾ ਕੇ ਕਹਿੰਦਾ ਬਈ ਬਾਈ ਤੂੰ ਕਹਿੰਦਾ ਕਮਾਲਾਂ ਕਰੀ ਬੈਠਾ ਉਹ ਬਾਹਰਲਾ ਜਿਹੜਾ ਜੋਗੀ ਹੁੰਦਾ ਕਹਿੰਦਾ ਮੈਂ ਤਪੱਸਿਆ ਕਰਕੇ ਉਨੀ ਸਾਧਨਾ ਕਰਕੇ ਕਹਿੰਦਾ ਵੀ ਇੰਨੀ ਸ਼ਕਤੀਆਂ ਪ੍ਰਾਪਤ ਕੀਤੀਆਂ ਤੂੰ ਮੈਂ ਹੀ ਕਰ ਲਈਆਂ ਕਹਿੰਦਾ ਨਹੀਂ ਬਾਈ ਮੇਰੀਆਂ ਤੇਰੇ ਤੋਂ ਵੀ ਜ਼ਿਆਦਾ ਘਰ ਵਾਲਾ ਕਹਿੰਦਾ ਉਹ ਕਹਿੰਦਾ ਮੇਰੇ ਤੋਂ ਜ਼ਿਆਦਾ ਉਹ ਕਹਿੰਦਾ ਤੂੰ ਲਾਲਾ ਸ਼ਰਤ ਕਹਿੰਦਾ ਮੇਰੇ ਤੇਰੇ ਨਾਲੋਂ ਵੀ ਜ਼ਿਆਦਾ ਉਹ ਕਹਿੰਦਾ ਵੀ ਮੈਂ ਤਾਂ ਇਹ ਕਹਿੰਦਾ ਸਾਰਾ ਦੁਨੀਆ ਛੱਡੀ ਹੈ ਤੇ ਮੇਰੇ ਕੋਲ ਘੱਟ ਕਿਵੇਂ ਵੀ ਇਹ ਘਰੇ ਰਹਿ ਕੇ ਇੰਨੀਆਂ ਉਹ ਕਹਿੰਦਾ ਚੱਲ ਲੱਗੀ ਸ਼ਰਤ ਉਹ ਕਹਿੰਦਾ ਚੱਲ ਫਿਰ ਉਹਨੇ ਆਪਦੇ ਹਾਲ ਦੇ ਵਿੱਚੋਂ ਅਰਲੀ ਕੱਢ ਕੇ ਸਿੱਟਤੀ ਠੀਕ ਹੈ ਜੀ ਅਤੇ ਜਦੋਂ ਸਿੱਟ ਦਿੰਦਾ ਅਤੇ ਕਹਿੰਦਾ ਵੀ ਜਾ ਉੱਥੋਂ ਮੰਗਾ ਵਿਹੜੇ ਦੇ ਵਿੱਚ ਸਿੱਟ ਦਿੰਦਾ ਕਹਿੰਦਾ ਇਹਨੂੰ ਮੰਗਾ ਕੇ ਦਿਖਾ ਉਹ ਬੜੀਆਂ ਰੇਧੀਆਂ ਸਿੱਧੀਆਂ ਸਾਦਾ ਆਪਦੀਆਂ ਸ਼ਕਤੀਆਂ ਮਾਰਦਾ ਕਿੱਥੇ ਉਹ ਆਉਂਦੀ ਹੈ ਬਹੁਤ ਜ਼ੋਰ ਲਾ ਲੈਂਦਾ ਯੋਗੀ ਨਹੀਂ ਗੱਲ ਬਣਦੀ ਸਹੀ ਆ ਕਹਿੰਦਾ ਮੈਂ ਮੰਗਾ ਕੇ ਦਿਖਾਵਾਂ ਹੁਣ ਹਾਂ ਕਹਿੰਦਾ ਚੱਲ ਮੰਗਾ ਉਹ ਕਹਿੰਦਾ ਉਹਰਾਂ ਉਹ ਛੋਟੂ ਜਵਾਕਾਂ ਨੂੰ ਆਵਾਜ਼ ਮਾਰਦਾ ਕਹਿੰਦਾ ਜਾ ਚੱਕ ਲੈ ਕਹਿੰਦਾ ਆਹ ਜਿਹੜੀ ਤਪੱਸਿਆ ਤੇ ਕਹਿੰਦਾ ਚੱਲ ਆਹ ਸ਼ਕਤੀ ਤੇਰੇ ਕੋਲ ਹੈ ਕਹਿੰਦਾ ਆਹ ਸ਼ਕਤੀਆਂ ਮੇਰੀਆਂ ਵੱਧ ਆ ਆਹ ਮੇਰੀਆਂ ਵੱਧ ਆ ਸਹੀ ਆ ਤਪੱਸਿਆ ਤਾਂ ਹਾਂ ਤਪੱਸਿਆ ਇਹ ਵੀ ਇੱਕ ਤਪੱਸਿਆ ਹੈ ਜਦੋਂ ਆਪਾਂ ਪੂਜਾ ਵੀ ਕਹਿ ਸਕਦੇ ਤਪੱਸਿਆ ਪਤਨੀ ਤੇ ਪਤੀ ਵਾਲੀ ਗੱਲ ਆਉਂਦੀ ਸੀ ਯਾਦ ਕਰਾ ਦੋ ਜਿਵੇਂ ਨਾ ਪਤੀ ਪਤਨੀ ਨੂੰ ਕਦੇ ਆਪਦੇ ਪਤੀ ਦੇ ਵਿੱਚ ਉਗਣ ਨਜ਼ਰ ਨਹੀਂ ਆਉਂਦਾ ਠੀਕ ਹੈ ਤੇ ਮਾਂ ਨੂੰ ਕਦੇ ਆਪਦੇ ਪੁੱਤ ਚ ਉਗਣ ਨਜ਼ਰ ਨਹੀਂ ਆਉਂਦਾ ਠੀਕ ਹੈ ਪਤਨੀ ਨੂੰ ਪਤੀ ਚ ਗੁਣ ਨਜ਼ਰ ਨਹੀਂ ਆਉਂਦਾ ਤੇ ਮਾਂ ਨੂੰ ਉਗਣ ਨਜ਼ਰ ਨਹੀਂ ਆਉਂਦਾ ਪੁੱਤ ਮਾਂ ਨੂੰ ਉਗਣ ਨਜ਼ਰ ਨਹੀਂ ਆਉਂਦਾ ਪੁੱਤ ਚ ਕਿਉਂਕਿ ਰਿਸ਼ਤੇ ਹੀ ਇਦਾਂ ਦੇ ਹੁੰਦੇ ਆ ਪਤਨੀ ਪਤਾ ਨਹੀਂ ਕਿਉਂ ਵੀ ਉਹ ਨਾਲ ਰਹਿ ਕੇ ਵੀ ਕਰਦਾ ਜੋਗੀ ਜੋਗੜਾ ਉਹੀ ਗੱਲ ਤੇ ਮਾਂ ਨੂੰ ਐਂ ਲੱਗਦਾ ਹੁੰਦਾ ਮੇਰਾ ਪੁੱਤ ਸਾਰਿਆਂ ਨਾਲੋਂ ਚੰਗਾ ਇੱਕ ਵਾਰ ਕਹਿੰਦੇ ਵੀ ਬਲਬ ਲਾਉਣਾ ਸੀਗਾ ਕਿਸੇ ਬੰਦੇ ਨੇ ਆਮ ਹੀ ਕਹਾਣੀ ਹੈ ਬਲਬ ਲਾਉਣ ਲੱਗਿਆ ਤੇ ਉਹਨੇ ਸਟੂਲ ਰੱਖਿਆ ਤੇ ਹੱਥ ਨਾਲ ਉਹਦਾ ਪਹੁੰਚੇ ਘਰ ਵਾਲੀ ਕਹਿੰਦੀ ਕਹਿੰਦੀ ਜੀ ਤੁਹਾਡਾ ਕੱਦ ਬਹੁਤ ਛੋਟਾ ਹੈ ਤੇ ਕਹਿੰਦੀ ਤਾਂ ਨਹੀਂ ਹੱਥ ਪਹੁੰਚਦਾ ਤੇ ਮਾਂ ਕਹਿੰਦੀ ਨਹੀਂ ਕੱਦ ਨਹੀਂ ਛੋਟਾ ਸਟੂਲ ਛੋਟਾ ਹੈ ਕਹਿੰਦੀ ਕਹਿੰਦੀ ਮੇਰੇ ਮੁੰਡੇ ਦਾ ਕੱਦ ਨਹੀਂ ਛੋਟਾ ਕਹਿੰਦੀ ਸਟੂਲ ਛੋਟਾ ਹੈ ਵੀ ਫਰਕ ਹੁੰਦਾ ਮਾਂ ਦੀ ਸੋਚਣੀ ਤੇ ਪਤਨੀ ਦੀ ਉਹਨੂੰ ਕੱਦ ਛੋਟਾ ਲੱਗਿਆ ਉਹਨੂੰ ਸਟੂਲ ਛੋਟਾ ਲੱਗਿਆ ਪਰ ਆਹੀ ਫਰਕ ਹੈ ਮਾਂ ਦੀ ਸੋਚਣੀ ਆਹ ਚੀਜ਼ ਦਾ ਬੜਾ ਫਰਕ ਹੈ ਇਹ ਵੱਡਾ ਫਰਕ ਹੈ ਮਾਂ ਹੋ ਮਾਂ ਪੁੱਤ ਚ ਉਗਣ ਨਹੀਂ ਦਿੰਦੀ ਹਾਂ ਮਾਂ ਉਗਣ ਨਹੀਂ ਦਿੰਦੀ ਮਾਂ ਉਗਣ ਤਾਂ ਹੀ ਮਾਂ ਦਾ ਜਿਹੜਾ ਰੁਤਬਾ ਉਹ ਮਹਾਨ ਮਹਾਨ ਮੰਨਿਆ ਜਾਂਦਾ ਇਹ ਕੁਦਰਤੀ ਹੈ ਇਹ ਜੁੜੇ ਹੁੰਦੇ ਆ ਨਾ ਦਿਲੋਂ ਇੱਕ ਭਾਵਨਾ ਹੁੰਦੀ ਹੈ ਜੁੜੀ ਹੁੰਦੀ ਸਹੀ ਹੈ ਸਹੀ ਹੈ ਸਹੀ ਹੈ ਮਾਂ ਲਈ ਤਾਂ ਹਰ ਬੱਚਾ ਹੀ ਆਪਦਾ ਰਾਜਾ ਹੁੰਦਾ ਹਰ ਇੱਕ ਚੀਜ਼ ਉਹਨੂੰ ਤਾਂ ਸਾਰਿਆਂ ਨੂੰ ਸਹੀ ਤੇ ਮਾਂ ਕੋਈ ਹੈ ਤੁਹਾਡੀ ਮਾਂ ਦਾ ਇੱਕ ਹੋਰ ਜਿਵੇਂ ਨਾ ਮਾਂ ਨੂੰ ਐਂ ਲੱਗਦਾ ਵੀ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਹਾਂ ਨਾ ਮਾਂ ਨੂੰ ਐਂ ਲੱਗਦਾ ਵੀ ਮੇਰਾ ਪੁੱਤ ਮੇਰੇ ਬਿਨਾਂ ਰਹਿ ਨਹੀਂ ਸਕਦਾ ਮੈਂ ਚੰਡੀਗੜ੍ਹ ਰਹਿ ਕੇ ਆਇਆ ਜਾਂ ਜਿਹੜੇ ਵਿਦੇਸ਼ਾਂ 'ਚ ਜਾਂਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਯਾਰ ਬਈ ਮੇਰਾ ਪੁੱਤ ਨਾ ਮਾਂ ਨੂੰ ਐਂ ਲੱਗਦਾ ਮੇਰੇ ਬਿਨਾਂ ਰਹਿ ਨਹੀਂ ਸਕੂਗਾ ਅਸਲ ਦੇ ਵਿੱਚ ਮਾਂ ਨਹੀਂ ਰਹਿ ਸਕਦੀ ਹੁੰਦੀ ਪੁੱਤ ਮਾਂ ਨਹੀਂ ਰਹਿ ਸਕਦੀ ਹੁੰਦੀ ਉਹਨੂੰ ਐਂ ਲੱਗਦਾ ਕਿਤੇ ਮੇਰਾ ਪੁੱਤ ਨੂੰ ਬਣੇ ਜਿਹੜੇ ਬੰਦੇ ਬਾਹਰ ਰਹਿ ਕੇ ਮੋਹ ਤੋੜ ਕੇ ਉਹੀ ਬਣੇ ਆ ਹੁਣ ਐਂ ਨਹੀਂ ਵੀ ਮਾਂ ਦੀ ਬੁੱਕ ਕੀ ਵੜ ਕੇ ਬਹਿ ਜਾਓ ਪਹਿਲਾਂ ਵੀ ਗਾਣੇ ਉਹਦੇ ਬਣੇ ਤਾਂ ਬੰਦੇ ਜਿਹੜੇ ਆ ਬਾਹਰ ਰਹਿ ਕੇ ਬਣੇ ਪਰ ਜਿਹੜੀਆਂ ਭਾਵਨਾ ਉਹ ਵੀ ਨਾਲ ਜੁੜੀਆਂ ਰਹਿਣੀਆਂ ਚਾਹੀਦੀਆਂ ਇਹ ਵੀ ਨਹੀਂ ਵੀ ਹੁਣ ਪਰਿਵਾਰ ਦੀ ਬੁੱਕ 'ਚ ਵੜ ਕੇ ਬਹਿ ਜਾਓ ਕੰਮ ਕੀ ਕਰੋ ਹੀ ਨਾ ਕੰਮ ਵੀ ਕਰਨਾ ਹੈ ਪਰਿਵਾਰ ਨੂੰ ਵੀ ਸਮਾਂ ਦੇਣਾ ਹੈ ਇਹ ਬੈਲੈਂਸ ਦਾ ਨਾ ਹੀ ਜ਼ਿੰਦਗੀ ਹੈ ਜਿਹੜੇ ਤੁਹਾਡੀ ਦਿਲ ਦੀ ਉਹ ਆਪਾਂ ਦੇਖਦੇ ਹਾਂ ਨਾ ਵੀ ਉੱਪਰ ਨੀਚੇ ਹੁੰਦੀ ਰਹਿੰਦੀ ਹੈ ਉਹਦਾ ਨਾ ਹੀ ਜ਼ਿੰਦਗੀ ਆ ਉੱਪਰ ਨੀਚੇ ਕਿਤੇ ਦੂਰ ਵੀ ਜਾਣਾ ਪੈਂਦਾ ਮਾਂ ਤੋਂ ਕਿਤੇ ਨੇੜੇ ਵੀ ਆਉਣਾ ਪੈਂਦਾ ਜੇ ਤੁਸੀਂ ਨੇੜੇ ਹੀ ਬੈਠੇ ਰਹੋਗੇ ਉਹ ਸਿੱਧਾ ਹੋ ਗਿਆ ਮੰਗਲ ਤੋਂ ਮਿੱਟੀ ਚੱਕ ਕੇ ਮੈਂ ਸ਼ੁਕਰ ਤੇ ਰੱਖਾਂ ਵਾ ਮੰਗਲ ਤੋਂ
मंगल तो ये ये देखो साइंस देखो जिमें साइंस के विद्यार्थी वह भी नाल जिमें जे खगोल विज्ञान पढ़ते हैं मंगल तो मिट्टी चक के मैं शुक्र से रखा वा पंज दरिया का पानी फिर मैं धरती तो लै जाव बृहस्पत करके कट्ठे मिट्टी खूब रलाव फिर चनी दे फिर शनि के चक से रख के फिर शनि के चक से रख के सोहना जहा घड़ा बन बनाव मंगल तो मिट्टी चक के मैं शुक्र से रखा वा मंगल तो मिट्टी चकनी का देखो मंगल की मिट्टी लाल है ना मंगल तो मिट्टी चक के मैं शुक्र से रखा वा पंज दरिया का पानी फिर मैं धरती तो लै जावा बृहस्पत करके कट्ठे मिट्टी खूब रलाव फिर शनि के चक से रख के सोहना जहा घड़ा बनाव के बुद्ध की कंड से रख के यारो बुद्ध की कंड से रख के यारो धुप के सुकाव बुद्ध से हमेशा ही धुप रही है बुद्ध से नेरा नहीं होता बुद्ध की कंड से रख के यारो सोहना जहा घड़ा बनाव के रब का आवा सूरज यारो ओ पकाव रब का आवा सूरज यारो ओ पकाव वस जे चले अख बचा के आबे हयात ले आव वस जे चले अख बचा के आबे हयात ले जाव के उस घड़े पा के अमृत माँ के कोल ले जाव इन्नी को गुस्ताखी करके माँ की उम्र वधाव माँ मेरी जे पानी मंगे आबे हयात पियाव इन्नी को गुस्ताखी करके माँ की उम्र वधाव के ये उम्र मेरी माँ के लेखे फराव जा ना वा माँ अपनी नसाम वरिंदरा मिलदिया नहीं है माँ माँ अपनी नसाम वरिंदरा मिलदिया नहीं है माँ तुम मैं याद कराता वैसे मैं तो हो ही जाए याद मंगल तो मिट्टी चक के मंगल की मिट्टी है मशहूर शुक्र ते राखा वा शुक्र नेड़े है फिर मंगल तो मिट्टी चक के मैं बुद्ध की कंड ते रख के यारो बुद्ध ते धुप रही है धुप दे विच सकाव रब दा आवा सूरज यार ओहदे विच पकावा ओह तो वड्डा आवा हो ही नहीं सकदा दुनिया ते सही है ओहदे विच पकावा ते बस जे चले अख बजा के आबे हयात ले आवा उस घड़े विच पा के अमृत मां दे कोल जावा मां मेरी जे पानी मंगे आबे हयात पियावा ए उम्र मेरी मां दे लेके फरावा ना जावा आवा जा ना आवा मां अपनी नसाम वरिंदरा मिलदियां नहीं हां ये मैं कोशिश की थी बहुत टाइम दी लिखी हुई है मैनूं मेरे साइंस वाले मास्टर ने शाबाशी दित्ती सी ओहदे मैं उत्ते पाई सी फेसबुक पे ओ तो नहीं इन्ना लोग नहीं जानते सी पर ओ चीज ने उन्होंने एक शाबाशी दी भी बड़ा नाल उनू भी बराबर रखया कि ये एक इमेजिनेशन है सही है किड्डी तगड़ी इमेजिनेशन है सारे चीजां नु वरत जाएगा वो हर तरह की कविता लिखने की कोशिश की है मैं आप देख लो ता बाकी हम लोगों को जिहड़ी चीज पसंद लोगों को वो चीज पसंद आ जाती है ना पर चीजा तो होर भी बड़िया सोहनिया है जिमें माँ आपके सारे पोती चंगे लगते होंगे उमी शायर आपके गीत भी सारे चंगे गीत भी सारे चंगे लगते हाँ तुम भी सुना दे मैं जी थोड़े तो जरूर अभी सुननी चाहवागे कोई एक होर कविता हाँ मैं कविता अपना कोई नहीं देख लो हाँ तो याद रखनी भी सू नहीं नहीं मैं फिर भी ये भी याद ही है के एक तू है प्यारी दूजे फुल बूटे जे दोवे ही मिल जाओ तो सुरगा दे झूटे मैं अपने ही लभदा हाँ ऐब अनूठे ते नजरां चलाउंदा हाँ हुसना दे सूटे ये सूटे ही ठूठे फड़ाउंदे ने अक्सर मैं तर्कां दा तालिब मैं तत्थां दा तस्कर जवाकां दा बेली चलाकां दा वैरी अनोखे तजर्बे अनोखी ही शायरी मैं डायरी च लिख ली है शायरी कोई गहरी उडीकां तरीकां मैं वेला सुनहरी के चेहरे बथेरे मैं जेरे भी परखे बथेरे चलाए मैं अकलां दे चरखे बथेरे जो मेरे ने शब्दा ते हरके ते परके मैं वरके जी भज्जिया नहीं डरके के कक्के नू कन्ना ते लल्ले दे लावां जी कालियां कावां ने दित्तियां सलावां के आ जा सिखावां मैं तैनू उदावां के चावां नू वेचां ते पैसा कमावां जी झज्जे दे अदक ते लल्ले दे लावां ते झल्ले दे पल्ले तपियां दवावां दवावां दा दित्ता कदे भी नहीं थुड़दा मैनूं पता है मैं खाली नहीं मरदा मैनूं पता है मैं खाली नहीं मरदा सही है ये जन के ये भी मेरे दिमाग
ਕਈ ਦਿਲ ਚੋਂ ਨਿਕਲੀਆਂ ਚੀਜ਼ਾਂ ਦਿਲ ਚੋਂ ਨਿਕਲੀਆਂ ਚੀਜ਼ਾਂ ਅਸਲ ਸ਼ਾਇਰੀ ਹੁੰਦੀ ਦਿਲ ਦੀ ਆ ਦਿਮਾਗ ਦੀ ਖੇਡ ਨਹੀਂ ਹੁੰਦੀ ਤੋ ਆਪਾਂ ਪਹਿਲਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਵੀ ਇਹ ਸੱਚੀ ਹੁੰਦਾ ਲੋਕਾਂ ਨੂੰ ਇਹ ਗੱਲਾਂ ਭਾਵੇਂ ਫਾਲਤੂ ਲੱਗਣ ਭਾਵੇਂ ਉਹਨਾਂ ਨੂੰ ਪਖੰਡ ਵੀ ਲੱਗਣ ਪਰ ਮੇਰਾ ਪੱਤਰਕਾਰੀ ਛੱਡਣ ਦਾ ਇਹੀ ਮੰਤਵ ਸੀਗਾ ਵੀ ਯਾਰ ਸ਼ਾਇਰੀ ਨੂੰ ਇੱਕ ਪਾਸੇ ਤਾਂ ਚੱਜ ਨਾਲ ਹੋ ਜਾਓ ਚਲੋ ਲੋਕ ਪ੍ਰਵਾਨ ਕਰਨ ਨਾ ਕਰਨ ਇਹ ਤਾਂ ਲੋਕਾਂ ਦੇ ਹੱਥ 'ਚ ਤਾਂ ਕਰਨਗੇ ਵੀ ਕਿਉਂ ਨਾ ਮੈਨੂੰ ਮੈਂ ਤਾਂ ਇਸ 100% ਸ਼ੋਰਟੀ ਲੈ ਕੇ ਚੱਲਦਾ ਕਿਉਂਕਿ ਜੇ ਆਪਾਂ ਦੁੱਧਾਂ 'ਚ ਰਵਾਂਗੇ ਫਿਰ ਜਦੋਂ ਆਪਾਂ ਨੂੰ ਆਪਦੇ ਆਪ 'ਤੇ ਯਕੀਨ ਨਹੀਂ ਲੋਕਾਂ ਨੂੰ ਆਪਣੇ 'ਤੇ ਯਕੀਨ ਕੀ ਹੋਊਗਾ ਜੇ ਮੈਨੂੰ ਯਕੀਨ ਆ ਵੀ ਮੇਰੀ ਪਹਿਲਾਂ ਆਪਦੇ 'ਤੇ ਯਕੀਨ ਹੋਣਾ ਚਾਹੀਦਾ ਹਾਂ ਪਹਿਲਾਂ ਆਪਦੇ ਆਪ 'ਤੇ ਯਕੀਨ ਹੋਣਾ ਚਾਹੀਦਾ ਹਾਂ ਜੇ ਆਪਾਂ ਨੂੰ ਆਪਦੇ 'ਤੇ ਯਕੀਨ ਨਹੀਂ ਤਾਂ ਲੋਕਾਂ ਨੂੰ ਕੀ ਹੋਣਾ ਜਿਵੇਂ ਦੀਪਕ ਮੈਨੂੰ ਇੱਕ ਲਾਈਨ ਯਾਦ ਆ ਦੀਪਕ ਚਤੋਈ ਸਾਹਿਬ ਲਿਖ ਦਿੰਦੇ ਸੀ ਕਿ ਜ਼ਮਾਨੇ ਦੇ ਚੱਕਰ ਲੜ ਕਰਕੇ ਕਹਿ ਦੇ ਕਿ ਚੱਕਰ ਮੈਂ ਤੇਰੇ ਭੁਆ ਕੇ ਰਹਾਂਗਾ ਤੂਫਾਨਾਂ ਨੂੰ ਕਹਿ ਦੋ ਕਿ ਵੱਧ ਵੱਧ ਕੇ ਆਵਣ ਮੈਂ ਕਿਸ਼ਤੀ ਕਿਨਾਰੇ ਤੇ ਲਾ ਕੇ ਰਹਾਂਗਾ ਕੀ ਬਾਤ ਹੈ ਤੁਹਾਡੇ ਮਸ਼ਹੂਰ ਗਜ਼ਲ ਗੋਸ਼ਤੀ ਮਸ਼ਹੂਰ ਗਜ਼ਲ ਗੋਸ਼ਤੀ ਗਜ਼ਲ ਦੇ ਪਤਾਮਾ ਵੀ ਕਹਿ ਸਕਦੇ ਹਾਂ ਪੰਜਾਬ ਚ ਗਜ਼ਲ ਦੇ ਪਤਾਮਾ ਉਹਨਾਂ ਨੂੰ ਨਾ ਲਿਖੀ ਹੋਗੀ ਉਹਨਾਂ ਤੋਂ ਪਹਿਲਾਂ ਪਰ ਮਤਲਬ ਜਿਹੜਾ ਲਿਖਣ ਵਾਲੀ ਗੱਲ ਵੱਖਰੀ ਹੁੰਦੀ ਪਰ ਜਿਸ ਤੋਂ ਆਇਆ ਹੁੰਦਾ ਕਿ ਮਸ਼ਹੂਰ ਹੋਈ ਹੋਵੇ ਚੀਜ਼ ਜਿਸ ਵਿਅਕਤੀ ਤੋਂ ਉਹਦਾ ਨਾਮ ਹੀ ਜਿਹੜਾ ਗਿਣਿਆ ਜਾਂਦਾ ਉਹਨਾਂ ਨੇ ਗਜ਼ਲ ਦੇ ਬਾਰੇ ਵੀ ਲਿਖਣਾ ਇਕੱਲੀ ਗਜ਼ਲ ਨਹੀਂ ਗਜ਼ਲ ਨਹੀਂ ਲਿਖੀ ਗਜ਼ਲ ਦੇ ਬਾਰੇ ਵੀ ਲਿਖਿਆ ਗਜ਼ਲ ਦੇ ਬਾਰੇ ਵੀ ਹੁਣ ਇਹ ਕਹਿੰਦੇ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਸਮਾਂ ਦਿੰਦੇ ਹੁੰਦੇ ਸੀਗੇ ਜੋ ਅਜੀਤ ਦੇ ਸੰਪਾਦਕ ਹੈ ਉਹ ਵੀ ਗਜ਼ਲਾਂ ਲਿਖਦੇ ਹੈਗੇ ਪਰ ਉਹ ਉਹਨਾਂ ਨੂੰ ਪਹਿਲਾਂ ਆਪਦੇ ਤੋਂ ਪਹਿਲਾਂ ਸਮਾਂ ਦਿੰਦੇ ਹੁੰਦੇ ਸੀ ਕਿ ਇਹਨਾਂ ਦਾ ਮਤਲਬ ਕਾਫੀ ਰੁਤਬਾ ਹਾਲਾਂਕਿ ਦੀਪਕ ਚਤੋਈ ਸਾਹਿਬ ਪੜ੍ਹੇ ਨਹੀਂ ਸੀ ਬਹੁਤੇ ਅਸਲ 'ਚ ਮੈਨੂੰ ਫਿਰ ਉਹੀ ਗੱਲ ਹੈ ਪੜ੍ਹਿਆ ਲਿਖਿਆ ਦੇ ਵਾਸਤੇ ਗੱਲ ਵੀ ਨਹੀਂ ਇਹ ਪੜ੍ਹਿਆ ਲਿਖਿਆ ਦਾ ਪੜ੍ਹਿਆ ਲਿਖਿਆ ਦੇ ਵਾਸਤੇ ਗੱਲ ਵੀ ਨਹੀਂ ਕਿਉਂਕਿ ਉਹੀ ਫਿਰ ਆ ਜਾਂਦੀ ਹੈ ਵੀ ਇੱਕ ਪਾਸੇ ਦਿਮਾਗ ਨੇ ਕੰਮ ਕਰਨਾ ਇੱਕ ਪਾਸੇ ਦਿਲ ਨੇ ਕੰਮ ਕਰਨਾ ਜਿੱਥੇ ਦਿਲ ਕੰਮ ਕਰਦਾ ਉੱਥੇ ਦਿਮਾਗ ਨਹੀਂ ਕੰਮ ਕਰਦਾ ਉੱਥੇ ਦਿਮਾਗ ਨਹੀਂ ਕਰੂਗਾ ਕੰਮ ਕਿਉਂਕਿ ਦਿਲ ਦੀਆਂ ਖੇਡਾਂ ਨੇ ਤਾਂ ਇਹ ਚੀਜ਼ ਦਾ ਫਰਕ ਹੈ ਇਹ ਗੱਲ ਤਾਂ ਹੈਗਾ ਦਿਲ ਦੀ ਗੱਲ ਤਾਂ ਦਿਲ ਦੀ ਹੈ ਸ਼ਾਇਰੀ ਤਾਂ ਦਿਲ ਦੀ ਹੈ ਕਵਿਤਾ ਵੀ ਉੱਥੋਂ ਹੀ ਨਿਕਲਦੀ ਹੈ ਫਿਰ ਜ਼ਿਆਦਾ ਬੋਲੀਆਂ ਬੋਲੀਆਂ ਇਹ ਗੱਲਾਂ ਤਾਂ ਨਹੀਂ ਆਪਾਂ ਕਰੀ ਜਾਂਦੇ ਨਹੀਂ ਵਾਲੀਆਂ ਬੋਲੀਆਂ ਦਾ ਨਹੀਂ ਹਾਂ ਕੋਈ ਕਾੜੀ ਸੁਣਾ ਦੇ ਹੋਜੇ ਸੁਣਾਉਣੀ ਤਾਂ ਕਾੜੀ ਸੁਣਾ ਦੇ ਕਹਿੰਦਾ ਚਲੋ ਉੱਦਾਂ ਹੀ ਸੁਣਾਉਣਾ ਕਿ ਕਈ ਰੱਬ ਦੇ ਵਿੱਚੋਂ ਵੀ ਬੁਰਾਈ ਲੱਭ ਲੈਂਦੇ ਆ ਠੀਕ ਹੈ ਕਈ ਰੱਬ ਦੇ ਵਿੱਚੋਂ ਵੀ ਬੁਰਾਈ ਲੱਭ ਲੈਂਦੇ ਆ ਕਈ ਪੱਥਰਾਂ ਦੇ ਵਿੱਚੋਂ ਵੀ ਖੁਦਾਈ ਲੱਭ ਲੈਂਦੇ ਆ ਕਈ ਰੱਬ ਦੇ ਵਿੱਚੋਂ ਵੀ ਬੁਰਾਈ ਲੱਭ ਲੈਂਦੇ ਆ ਕਈ ਪੱਥਰਾਂ ਦੇ ਵਿੱਚੋਂ ਵੀ ਖੁਦਾਈ ਲੱਭ ਲੈਂਦੇ ਆ ਕਿ ਇਸ ਕਦਰ ਪੜ੍ਹਦੇ ਨੇ ਖਤਾ ਨੂੰ ਆਸ਼ਕ ਉਹ ਲੱਖਾਂ 'ਚ ਯਾਰ ਦੀ ਲਿਖਾਈ ਲੱਭ ਲੈਂਦੇ ਆ ਇਤਿਹਾਸ ਲਿਖਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਹ ਖੁਦ ਦੇ ਹੀ ਖੂਨ 'ਚੋਂ ਸਿਆਹੀ ਲੱਭ ਲੈਂਦੇ ਆ ਦਿਖਾਵੇ ਨੇ ਪੜ੍ਹਤੀ ਇਹ ਦੁਨੀਆ ਏ ਯਾਰੋ ਕਿ ਜਾਗੋ ਵੀ ਬਣੀ ਬਣਾਈ ਲੱਭ ਲੈਂਦੇ ਆ ਜੋਗੀਆਂ ਦੇ ਵਾਂਗੂ ਸਿੱਖ ਲੱਭਣਾ ਵਰਿੰਦਰਾ ਤੋਂ ਉਹ ਜ਼ਹਿਰਾਂ ਦੇ ਵਿੱਚੋਂ ਵੀ ਦਵਾਈ ਲੱਭ ਲੈਂਦੇ ਆ ਉਹ ਜ਼ਹਿਰਾਂ ਦੇ ਵਿੱਚੋਂ ਵੀ ਦਵਾਈ ਲੱਭ ਲੈਂਦੇ ਆ ਮਤਲਬ ਯੋਗੀਆਂ ਨੂੰ ਆਪਾਂ ਨੂੰ ਵਿਅਰਤੀ ਬਣਾਉਣੀ ਪੈਣੀ ਹੈ ਕਿ ਆਪਾਂ ਹਰ ਮਾੜੀ ਚੀਜ਼ 'ਚੋਂ ਵੀ ਚੰਗਾ ਕੁਛ ਕੱਢਣ ਦੀ ਕੋਸ਼ਿਸ਼ ਆਪਾਂ ਚੰਗਿਆਂ 'ਚੋਂ ਵੀ ਮਾੜਾ ਲੱਭਦੇ ਰਹੇ ਆਪਾਂ ਚੰਗਿਆਂ 'ਚੋਂ ਮਾੜਾ ਲੱਭਦੇ ਆਪਾਂ ਤਾਂ ਬੁਰਾਈਆਂ 'ਚ ਹੀ ਉਲਝੇ ਰਹੇ ਨੇ ਸਾਰੇ ਹਾਂ ਆਪਾਂ ਨੂੰ ਮੈਨੂੰ ਕਹਾਣੀ ਹਰ ਇੱਕ ਗੱਲ ਦੀ ਯਾਦ ਆਈ ਸੁਣਾਓ ਸੁਣਾਓ ਕਹਾਣੀ ਸੁਣਾਓ ਉਹਨਾਂ ਕਹਿੰਦੇ ਵੀ ਇੱਕ ਸੰਤ ਮਸਕੀਨ ਜੀ ਨੇ ਸੁਣਾਈ ਸੀ ਗੱਲ ਠੀਕ ਹੈ ਕਹਿੰਦੇ ਵੀ ਇੱਕ ਆਪਾਂ ਮੱਝ ਗਾਂ ਨੂੰ ਆਪਾਂ ਚੋਣੀ ਹਨਾ ਤਾਂ ਆਪਾਂ ਨੂੰ ਪਤਾ ਵੀ ਉਹ 'ਚੋਂ ਕੀ ਨਿਕਲਦਾ ਥਣਾ ਚੋਂ ਕੀ ਨਿਕਲਦਾ ਦੁੱਧ ਨਿਕਲਦਾ ਆਪਾਂ ਨੂੰ ਪਤਾ ਪਰ ਉੱਥੇ ਇੱਕ ਕਹਿੰਦੇ ਵੀ ਚਿੱਚੜ ਲੱਗਾ ਹੁੰਦਾ ਚਿੱਚੜ ਨੂੰ ਕੋਈ ਜਾ ਕੇ ਪੁੱਛੂਗਾ ਵੀ ਥਣਾ ਚੋਂ ਕੀ ਨਿਕਲਦਾ ਉਹ ਕਹਿੰਦਾ ਲਊ ਕਿਉਂਕਿ ਕਿਸੇ ਬੰਦੇ ਦੀ ਵਰਤੀ ਹੁੰਦੀ ਆ ਆਪਾਂ ਕੋਈ ਉਹਦੇ ਵਿੱਚੋਂ ਲਹੂ ਕੱਢ ਲੈਂਦਾ ਕੋਈ ਦੁੱਧ ਕੱਢ ਲੈਂਦਾ ਤੇ ਨਿਕਲਦਾ ਦੋਵੇਂ ਕੁਛ ਹੀ ਦੋਨੇ ਕੁਛ ਹੀ ਉਹ ਆਪਦੀ ਥਾਂ ਤੇ ਸਹੀ ਹੈ ਉਹ ਆਪਦੀ ਥਾਂ ਤੇ ਮਤਲਬ ਚੀਜ਼ਾਂ ਦੋਨੇ ਹੀ ਪਈਆਂ ਹੁੰਦੀਆਂ ਚੰਗਾਈ ਵੀ ਤੇ ਬੁਰਾਈ ਵੀ ਜਿਹਨੇ ਬੁਰਾਈ ਲੱਭਣੀ ਆ ਬੁਰਾਈ ਲੱਭਣ ਦਾ ਬੁਰਾਈ ਲੱਭ ਲੈਂਦਾ ਹਾਂ ਮੈਂ ਹੁਣ ਤੁਸੀਂ ਕਰੜੇ ਦੀ ਗੱਲ ਕੀਤੀ ਸੀ ਹਾਂਜੀ ਕਿ ਡਰਾਇਆ ਸੀ ਡਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਡਰਾਇਆ ਸੀ ਡਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਅਣਖ ਤੇ ਸੌਦੇ ਕਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਤੂੰ ਵੀ ਯਾਦ ਰੱਖੀ ਭਰ ਕੇ ਅਕਸਰ ਡੁੱਲਿਆ ਕਰਦੇ ਨੇ ਅਸੀਂ ਨੱਕੋ ਨੱਕ ਭਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਗੱਲ ਇਹ ਜੁਦਾ ਹੈ ਕਿ ਯਾਰ ਖੁਦ ਦਾਰੀ 'ਚ ਸੁੱਕ ਗਏ ਹਾਂ ਅਸੀਂ ਸ਼ਰਤਾਂ 'ਤੇ ਹਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਗੱਲ ਇਹ ਜੁਦਾ ਹੈ ਕਿ ਯਾਰ ਖੁਦ ਦਾਰੀ 'ਚ ਸੁੱਕ ਗਏ ਹਾਂ ਅਸੀਂ ਸ਼ਰਤਾਂ 'ਤੇ ਹਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਜਿਹੋ ਜਿਹਾ ਦੌਰ ਚੱਲਦਾ ਹੈ ਮੇਰੇ ਇਸ ਦੇਸ਼ ਦੇ ਅੰਦਰ ਜਿਉਂਦੇ ਹਾਂ ਜੀ ਮਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਜਿਉਂਦੇ ਹਾਂ ਜੀ ਮਰੇ ਨਹੀਂ ਬਸ ਇੰਨਾ ਹੀ ਕਾਫੀ ਹੈ ਹਾਂ ਇੱਦਾਂ ਦੀਆਂ ਤੁਸੀਂ ਮੈਨੂੰ ਲੱਗਦਾ ਨਾ ਹੁਣ ਜਿਵੇਂ ਮੈਂ ਮੈਨੂੰ ਐਂ ਲੱਗਦਾ ਜਿਵੇਂ ਇੱਕ ਜਮ੍ਹਾਂ ਕਿਸੇ ਚੀਜ਼ ਨੂੰ ਆਪਾਂ ਖੋਲਿਆ ਹੁੰਦਾ ਨਾ ਮੈਨੂੰ ਹੁਣ ਬਹੁਤ ਯਾਦ ਆ ਗਈਆਂ ਇਹਨਾਂ ਚੀਜ਼ਾਂ ਦੇ ਨਾਲ ਨਾ ਕਈ ਕਈ ਯਾਦ ਆ ਗਈਆਂ ਉਹ ਤੁਸੀਂ ਖੋਲਤਾ ਮੈਨੂੰ ਨਹੀਂ ਹੋਰ ਇਹ ਨਹੀਂ ਖੁੱਲ ਸਕਣਾ ਸੀਗਾ ਮੈਨੂੰ ਲੱਗਦਾ ਹੈ ਤੁਸੀਂ ਕਿਹਾ ਕਿ ਆਪਾਂ ਸ਼ਾਇਰੀ 'ਤੇ ਯਾਰ ਬਾਕੀ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਲੋਕ
ਬੜੇ ਉਹ ਹੋਏ ਪਏ ਅੱਜ ਕੱਲ ਵੀ ਕਸੇ ਪਏ ਆ ਵੋਟਾਂ ਵੋਟਾਂ ਦੇ ਮਾਹੌਲ ਕਰਕੇ ਨਾ ਤਣਾਅ ਚ ਹੋਏ ਪਏ ਆ ਵੀ ਹਾਂ ਅਸੀਂ ਜਿੱਤ ਗਏ ਹਾਰ ਗਏ ਅਸੀਂ ਜਿੱਤ ਗਏ ਯਾਰ ਲੈਕਸ ਹਾਂ ਜਿੱਤ ਪਤਾ ਕੀ ਲੰਬਾ ਸਾਲ ਹੁਣ ਕਈ ਕਈ ਆ ਮਤਲਬ ਜਿੱਤ ਦੀ ਵੀ ਇੰਨੀ ਖੁਸ਼ੀ ਚ ਹੈ ਕਿ ਉਹ ਜਿੱਤ ਨਾਲ ਹੀ ਜਕੜੇ ਪਏ ਆ ਜਿੱਤ ਹਾਰ ਇੱਕ ਹਿੱਸਾ ਹੈ ਮਤਲਬ ਅੱਜ ਜਿੱਤ ਹੈ ਕੱਲ ਹਾਰ ਹੈ ਇਹ ਜ਼ਿੰਦਗੀ ਦਾ ਹਿੱਸਾ ਹੈ ਇਹ ਨਹੀਂ ਹਜੇ ਮਤਲਬ ਜਿੱਤ ਦਾ ਮਤਲਬ ਇਹ ਨਹੀਂ ਕਿ ਵੋਟਾਂ ਜਿੱਤੀਆਂ ਜੀ ਵੇਖੋ ਕਿ ਜਿਹੜੀਆਂ ਗੱਲਾਂ ਤੇ ਅਸੀਂ ਆਏ ਸੀ ਉਹ ਜਿੱਤੇ ਵੀ ਹੈ ਬੋਲੀ ਜਾਂਦੇ ਆ ਹਾਂ ਜਿਹੜੀਆਂ ਗੱਲਾਂ ਨੂੰ ਅਸੀਂ ਵੋਟ ਪਾਈ ਸੀ ਜਿਹੜੀਆਂ ਗੱਲਾਂ ਨੂੰ ਅਸੀਂ ਚੀਜ਼ਾਂ ਲਿਆਉਣੀਆਂ ਉਹ ਜਿੱਤੇ ਕਿ ਜਿੱਦਾਂ ਆਪਾਂ ਉਹ ਜਿੱਤ ਗਏ ਤਾਂ ਜਿੱਤ ਹੈ ਜਿੱਦਾਂ ਪੰਜਾਬ ਸੁਖੀ ਵਸਿਆ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ ਪੰਜਾਬ ਦੇ ਜਿਹੜੀਆਂ ਦਰਪੇਸ਼ ਮੁਸ਼ਕਲਾਂ ਸਮੱਸਿਆਵਾਂ ਤੇ ਤੁਸੀਂ ਗੱਲ ਕੀਤੀ ਹੈ ਕਿ ਮੈਂ ਲਿਖਿਆ ਸੀਗਾ ਕੰਧਾਂ ਵਿੱਚ ਵੱਜਦਾ ਏ ਕੌਲਿਆਂ ਨਾਲ ਖਹਿ ਛੱਡਦਾ ਤੈਨੂੰ ਯਾਦ ਤਾਂ ਕਰਦਾ ਪਰ ਇੰਜ ਵੀ ਸੁੱਟਦਾ ਨਹੀਂ ਕਮਾਲ ਦਾ ਬੰਦਾ ਏ ਬਸ ਹੌਂਕਾ ਲੈ ਛੱਡਦਾ ਕਿ ਲੜਾਈਆਂ ਵਿੱਚ ਹਾਰ ਜਾਂਦਾ ਉਹ ਯੁੱਧ ਨੂੰ ਜਿੱਤਣ ਲਈ ਉਹਦਾ ਘੋਲ ਹੈ ਆਪਣੇ ਨਾਲ ਇਸ ਕਰਕੇ ਟਹਿ ਛੱਡਦਾ ਕਿ ਲੱਖ ਲਾਣਤ ਕਲਮਾਂ ਦੇ ਜੇ ਕੁਝ ਪੱਲੇ ਪਾਇਆ ਨੀ ਮੈਂ ਕਵਿਤਾ ਲਿਖ ਛੱਡਦਾ ਵਾਹ ਵਾਹ ਕਹਿ ਛੱਡਦਾ ਕਿਆ ਬਾਤ ਮੈਂ ਕਵਿਤਾ ਲਿਖ ਛੱਡਦਾ ਵਾਹ ਵਾਹ ਕਹਿ ਛੱਡਦਾ ਵੀ ਸਿਰਫ ਵਾਹ ਵਾਹ ਵਾਸਤੇ ਕਵਿਤਾ ਨੇ ਪਾਸ਼ ਨੇ ਲਿਖਿਆ ਸੀਗਾ ਕਿ ਮੈਂ ਕਮੀਆਂ ਦੀ ਮਹਿਫਲ ਦੇ ਵਿੱਚ ਕੁਛ ਇਸ ਤਰ੍ਹਾਂ ਮੈਂ ਥੋੜ੍ਹਾ ਹੇਰ ਫੇਰ ਹੋ ਸਕਦਾ ਬੋਲਣ ਦੇ ਵਿੱਚ ਕਿ ਮੈਂ ਕਮੀਆਂ ਦੀ ਮਹਿਫਲ 'ਚ ਕੁਛ ਇਸ ਤਰ੍ਹਾਂ ਜਿਵੇਂ ਕਿ ਕਿਸੇ ਚੱਲਦੇ ਮੁਜਰੇ ਦੇ ਵਿੱਚ ਹੱਡਾ ਰੋੜੀ ਦਾ ਹਲਕਿਆ ਕੁੱਤਾ ਜੀ ਵੀ ਮੈਂ ਕਵੀਆਂ ਦੀ ਮਹਿਫਲ 'ਚ ਕੁਛ ਇਸ ਤਰ੍ਹਾਂ ਦਾ ਕਈਆਂ ਨੂੰ ਇਹ ਚੀਜ਼ਾਂ ਪਚਦੀਆਂ ਉਹੀ ਲੈ ਕੇ ਵੀ ਰੂਹਾਨੀ ਦੀਆਂ ਗੱਲਾਂ ਮੈਂ ਉਹ ਗੱਲਾਂ ਨੂੰ ਮੰਨਦਾ ਉਹ ਗੱਲਾਂ ਨੂੰ ਮੈਂ ਤਾਂ ਕੀ ਕਹਿੰਦਾ ਨਹੀਂ ਵੀ ਆਮਦ ਨਹੀਂ ਹੁੰਦੀ ਮੈਂ ਕਹਿੰਦਾ ਪਰ ਯਾਰ ਤੁਸੀਂ ਤੁਹਾਨੂੰ ਉਹੋ ਜਿਹੀ ਆਮਦ ਕਾਹਤੋਂ ਹੁੰਦੀ ਹੈ ਸਹੀ ਹੈ ਵੀ ਉਹ ਲੱਕ ਐ ਵਾਲਾ ਤੇ ਅੱਖਾਂ ਐ ਵਾਲਾ ਜਿਵੇਂ ਪਾਸ਼ੇ ਵੀ ਕਹਿੰਦੇ ਹੁੰਦੇ ਕਿ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਇਹ ਵੀ ਤਾਂ ਕਹਿੰਦੇ ਸੀ ਹਾਂ ਤਾਂ ਉਵੇਂ ਹੀ ਆ ਵੀ ਗੱਲਾਂ ਹਰ ਤਰ੍ਹਾਂ ਦੀਆਂ ਮੈਂ ਤਾਂ ਹੁਣ ਉਵੇਂ ਵੀ ਲਿਖਦਾ ਨਾ ਮੈਂ ਇੱਕ ਤੂੰ ਹੈ ਪਿਆਰੀ ਦੂਜੇ ਫੁੱਲ ਬੂਟੇ ਮੈਂ ਉਹ ਵੀ ਲਿਖਦਾ ਪਰ ਉਹਦੇ ਵਿੱਚ ਭਰ ਕੇ ਮੈਂ ਵਰਕੇ ਜੀ ਭੱਜਿਆ ਨੀ ਡਰ ਕੇ ਵੀ ਕਹਿੰਦਾ ਨਾ ਹਾਂ ਹਰ ਇੱਕ ਦੋ ਚੀਜ਼ਾਂ ਨੂੰ ਮਿਲਾ ਕੇ ਵੀ ਇੱਕ ਨਵੀਂ ਚੀਜ਼ ਨਿਕਲਦੀ ਹੈ ਲੋਕੀ ਉਹਨੂੰ ਦੋਗਲਾ ਕਹਿ ਦਿੰਦੇ ਆ ਪਰ ਦੋਗਲਾ ਨੀ ਕਹਿ ਉਹ ਹੁੰਦਾ ਕਈ ਵਾਰੀ ਆਪਾਂ ਯੂਨੀਵਰਸਿਟੀਆਂ ਦੇ ਬੀਜ ਆਹ ਸਾਰੇ ਪਿੰਡਾਂ ਵਾਲੇ ਲੜ ਲੜ ਮਾਰਦੇ ਵੀ ਸਾਨੂੰ ਯੂਨੀਵਰਸਿਟੀ ਦੇ ਬੀਜ ਮਿਲ ਜਾਣ ਕਿਤੇ ਨਾ ਕਿਤੇ ਹੈ ਨਾ ਕਿਵੇਂ ਮੇਲਿਆਂ ਤੇ ਜਾਂਦੇ ਆ ਪਰ ਯੂਨੀਵਰਸਿਟੀ ਦੇ ਬੀਜ ਜਿਹੜੇ ਨਾ ਦੋ ਦੋ ਬੀਜਾਂ ਨੂੰ ਚਾਰ ਚਾਰ ਬੀਜਾਂ ਨੂੰ ਹੈ ਨਾ ਚਾਰ ਚਾਰ ਬੀਜਾਂ ਦੇ ਗੁਣ ਕੱਢ ਕੇ ਇੱਕ ਬੀਜ 'ਚ ਪਾਏ ਹੋਏ ਹੁੰਦੇ ਆ ਉਹਨੂੰ ਆਪਾਂ ਦੋਗਲਾ ਥੋੜ੍ਹਾ ਕਹਿੰਦੇ ਹਾਂ ਚੰਗਾ ਬੀਜ ਕਹਿੰਦੇ ਉਹਨੂੰ ਆਪਾਂ ਚੰਗਾ ਬੀਜ ਤਾਂ ਜੇ ਆਪਾਂ ਇੱਕ ਪਾਸੇ ਸ਼ਿਵ ਨੂੰ ਤੇ ਪਾਸ਼ ਨੂੰ ਮਿਲਾ ਕੇ ਕੋਈ ਨਵੀਂ ਚੀਜ਼ ਨਿਕਲ ਆਵੇ ਆਹ ਵੱਖਰੀ ਗੱਲ ਹੈ ਤੇ ਚੰਗੀ ਵੀ ਹੋ ਸਕਦੀ ਹੈ ਜਿੱਥੇ ਸ਼ਿਵ ਦੀ ਜ਼ਰੂਰਤ ਹੁੰਦੀ ਸ਼ਿਵ ਦੀ ਜ਼ਰੂਰਤ ਹੈ ਪਾਸ਼ ਦੀ ਜ਼ਰੂਰਤ ਹੈ ਪਾਸ਼ ਦੀ ਵੀ ਲੋੜ ਹੈ ਪਾਸ਼ ਦੀ ਵੀ ਲੋੜ ਹੈ ਜੀ ਬਿਲਕੁਲ ਜਿਹੜੇ ਕਹਿਣਾ ਹੋਵੇ ਪਾਸ਼ ਵੀ ਆਪਣੀ ਥਾਂ ਤੇ ਹੈ ਜੇ ਹੁਣ ਅਸੀਂ ਗੱਲ ਕਿਸੇ ਧਰਨੇ ਮਜਹਿਰਿਆਂ ਦੇ ਵਿੱਚ ਅੱਗੇ ਇੱਕ ਸ਼ੇਅਰ ਮਾਰਨਾ ਹੋਵੇ ਤਾਂ ਪਾਸ਼ ਦੇ ਵੀ ਬਚ ਸਕਦਾ ਫਿਰ ਉੱਥੇ ਉਹ ਚੀਜ਼ ਨਾ ਜਿੱਥੇ ਲੋਕਾਂ ਦੇ ਵਿੱਚ ਜੋਸ਼ ਭਰਨਾ ਹੋਵੇ ਵੀਰ ਰਸ ਵਾਲੀਆਂ ਗੱਲਾਂ ਕਰਨਾ ਬਿਲਕੁਲ ਉਹ ਵੀ ਚੀਜ਼ਾਂ ਇੱਥੇ ਬੰਦੇ ਦੇ ਵਿੱਚ ਬੰਦੇ ਦੀ ਸ਼ਖਸੀਅਤ ਦੇ ਵਿੱਚ ਹਰ ਤਰ੍ਹਾਂ ਦੀ ਗੱਲਬਾਤ ਹੋਣੀ ਚਾਹੀਦੀ ਹੈ ਤੁਸੀਂ ਲੋਕ ਤੁਹਾਨੂੰ ਮੈਨੂੰ ਲੱਗਦਾ ਕਿ ਜਿੰਨਾ ਮੈਨੂੰ ਛੋਟੀ ਉਮਰ ਦੇ ਵਿੱਚ ਮੋਹ ਪਿਆਰ ਮਿਲਦਾ ਹੈ ਉਹ ਇਹਨਾਂ ਗੱਲਾਂ ਕਰਕੇ ਮਿਲਦਾ ਇਹਨਾਂ ਗੱਲਾਂ ਕਰਕੇ ਮਿਲਦਾ ਜੇ ਕਿਤੇ ਮੈਂ ਉਹੀ ਇੱਕ ਪਾਸੜੇ ਕੀਤਾ ਹੁੰਦਾ ਕੰਮ ਫਿਰ ਨਹੀਂ ਲੋਕਾਂ ਨੇ ਫਿਰ ਨਹੀਂ ਪਿਆਰ ਕਰਨਾ ਸਹੀ ਹੈ ਆਪਾਂ ਨੂੰ ਟਾਈਮ ਕਿੰਨਾ ਕੁ ਹੋ ਗਿਆ ਕਿੰਨਾ ਟਾਈਮ ਹੋ ਗਿਆ ਬਹੁਤ ਹੈ 40 ਮਿੰਟ ਮੈਂ ਤੁਹਾਨੂੰ ਕਿਹਾ ਹੀ ਨਾ ਵੀ ਆਪਾਂ ਤੁਸੀਂ ਗੱਲ ਆਪਾਂ ਲੈ ਗਏ ਹਾਂ ਗੱਲਾਂ ਗੱਲਾਂ 'ਚ ਟਾਈਮ ਬਹੁਤ ਹੋ ਗਿਆ ਜੀ ਅਤੇ ਅਸੀਂ ਅੱਜ ਦੀ ਇੰਟਰਵਿਊ ਨੂੰ ਇੱਥੇ ਸਮਾਪਤ ਕਰਾਂਗੇ ਕਿਤਾਬ ਦੇ ਬਾਰੇ ਸੱਚ ਆਪਾਂ ਬੋਲਦੀ ਮੈਂ ਕਿਤੇ ਇੰਟਰਵਿਊ ਦੇ ਵਿੱਚ ਮੈਂ ਨਾ ਭੁੱਲ ਜਾਂਦਾ ਦੱਸੋ ਮੈਂ ਅੱਜ ਕਹਿ ਦਿੰਦਾ ਵੀ ਕਿਤਾਬ ਬਹੁਤ ਜਲਦੀ ਤੁਹਾਨੂੰ ਮਿਲ ਜੂਗੀ ਤੁਹਾਡੀ ਕਿਤਾਬ ਛਪ ਕੇ ਆ ਰਹੀ ਕਿਤਾਬ ਛਪ ਕੇ ਆ ਰਹੀ ਹੈ ਗੱਲਾਂ ਬਹੁਤ ਸੀਗੀਆਂ ਸੁਣਾਉਣ ਵਾਲੀਆਂ ਅਤੇ ਸਾਰੀਆਂ ਗੱਲਾਂ ਆਪਾਂ ਉਹ ਕਿਤਾਬ ਦੇ ਵਿੱਚ ਇੱਕ ਥਾਂ ਤੁਹਾਨੂੰ ਪੜ੍ਹਨ ਨੂੰ ਮਿਲ ਸਕਦੀ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਤਾਬਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਲੋਕ ਪੜ੍ਹ ਰਹੇ ਬਹੁਤ ਲੋਕਾਂ 'ਚ ਫਰਕ ਪਿਆ ਹੈ ਜੀ ਮੇਰਾ ਇੱਕ ਦੋਸਤ ਆ ਮੀਤ ਉਹਦੀ ਕਿਤਾਬ ਆਈ ਹੈ ਬੜੀ ਉਹ ਵਿਕੀ ਹੈ ਜੀ ਕਿਤਾਬਾਂ ਬਹੁਤ ਵਿਕਦੀਆਂ ਨੇ ਅਤੇ ਪਰਮਾਤਮਾ ਕਰੇ ਆਪਣੀ ਵੀ ਕਿਤਾਬ ਛੇਤੀ ਤੋਂ ਛੇਤੀ ਤੁਹਾਡਾ ਤੁਹਾਡੇ ਹੱਥਾਂ ਦੇ ਵਿੱਚ ਹੋਊਗੀ ਤਿਆਰੀਆਂ ਹੋ ਚੁੱਕੀਆਂ ਪੂਰੀਆਂ ਬਹੁਤ ਤਕਰੀਬਨ ਅੱਜ ਮੈਂ ਤੁਹਾਡੇ ਸਾਹਮਣੇ ਡਾਇਰੀ ਸਾਰਾ ਤਾਂ ਉਹ ਪੁਰਾਣੀਆਂ ਦੇ ਵਿੱਚੋਂ ਛਾਣ ਛਾਣ ਕੇ ਉਹ ਕਵਿਤਾਵਾਂ ਤੁਹਾਡੇ ਸਾਹਮਣੇ ਰੱਖਣੀਆਂ ਵੀ ਜਿਹੜੀਆਂ ਗਾਗਰ 'ਚੋਂ ਸਾਗਰ ਕੱਢ ਦੇਣਾ ਸਾਗਰ 'ਚੋਂ ਗਾਗਰ ਭਰ ਲੈਣੀਆਂ ਠੀਕ ਹੈ ਜੀ ਵਰਿੰਦਰ ਔਲਖ ਨਾਲ ਗੱਲਬਾਤ ਕੀਤੀ ਤੁਸੀਂ ਸੁਣਿਆ ਆਪਾਂ ਹੋਰ ਵੀ ਇਹਨਾਂ ਤੋਂ ਕਵਿਤਾ ਸੁਣਾਂਗੇ ਇਹਨਾਂ ਦੀ ਕਿਤਾਬ ਆਉਣ ਦੇ ਫਿਰ ਆਪਾਂ ਉੱਦਾਂ ਵੀ ਇਹਨਾਂ ਨਾਲ ਗੱਲਬਾਤ ਉੱਦਾਂ ਜ਼ਰੂਰ ਕਰਾਂਗੇ ਕਿਤਾਬ 'ਤੇ ਬਹੁਤ ਵਧੀਆ ਲਿਖਦੇ ਆ ਬਹੁਤ ਵਧੀਆ ਸੁਣਾਉਂਦੇ ਆ ਅਤੇ ਇਹੋ ਜਿਹੇ ਮਤਲਬ ਨੌਜਵਾਨਾਂ ਦੀ ਕਮੀ ਹੈ ਕਿਉਂਕਿ ਨੌਜਵਾਨ 'ਚ ਸ਼ਾਇਰ ਹੈ ਨਹੀਂ
कविता लिखने हम देखा कि नौजवानी है नहीं कितने भी नहीं दिखाई देगी बहुत घट है तो नौजवानों का आपको कितने ना कि इन्हों भी जो प्रमोट करना चाहिए अगे लेके जाना चाहिए ताकि जी सा कविता है साडा साहित्य वह बचा रह सके।